ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਹਾਜ਼ਰਾ ਹਜ਼ੂਰ ਪ੍ਰਤੱਖ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਦਿਨ ਦੇ ਪਿਛਲੇ ਪਹਿਰ ਦੇ ਦੀਵਾਨਾ ਅੰਦਰ ਆਪ ਜੀ ਜੋ ਬੈਠੇ ਹੋ, ਭਾਗਾ ਭਰਿਆ ਅਵਸਰ ਪ੍ਰਾਪਤ ਹੋਇਆ। ਸੰਗਤ ਦੀਆਂ ਘੜੀਆਂ ਦੇ ਲੇਖੇ ਲਾਈਏ, ਗੁਰ ਇਤਿਹਾਸ ਦੀ ਲੜੀਵਾਰ ਕਥਾ ਜਿਸ ਵੀ ਪ੍ਰਕਰਨਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ, ਕਸਬੱਟੀ ਦੇ ਰੂਪ ਵਿੱਚ ਗੁਰੂ ਅਮਰਦਾਸ ਮਹਾਰਾਜ ਦੂਜੀ ਵਾਰ ਚੱਲ ਕੇ ਭਾਈ ਰਾਮਾ ਜੀ ਨੂੰ ਆਖਦੇ ਨੇ, ਤੇਰਾ ਥੜਾ ਠੀਕ ਨਹੀਂ ਉਠਾ ਦੇ। ਬੜਾ ਉਹਨਾਂ ਨੇ ਸਤਿਗੁਰਾਂ ਨੂੰ ਆਖਿਆ, ਪਾਤਸ਼ਾਹ ਮੈਂ ਆਪਣੇ ਵੱਲੋਂ ਬੜੀ ਸੂਝਤਾ ਨਾਲ ਬਣਾਇਆ। ਪਾਤਸ਼ਾਹ ਕਹਿੰਦੇ ਨਹੀਂ ਰਾਮਿਆ, ਇਹਨੂੰ ਢਾ ਤੇ ਦੁਬਾਰਾ ਬਣਾ। ਫੇਰ ਚੱਲ ਕੇ ਰਾਮਦਾਸ ਜੀਆਂ ਕੋਲ ਆਏ ਨੇ, ਸਤਿਗੁਰੂ ਕਹਿੰਦੇ ਪੁੱਤਰਾ ਤੇਰੀ ਮੱਤ ਵਿੱਚ ਗੱਲ ਕਿਉਂ ਨਹੀਂ ਆਉਂਦੀ, ਪਹਿਲਾਂ ਵੀ ਥੜਾ ਟੇਢਾ ਬਣਾਇਆ ਹੁਣ ਫੇਰ ਬਣਾਤਾ। ਕਹਿੰਦੇ ਜੀ ਸਤ ਬਚਨ ਪਾਤਸ਼ਾਹ ਗਲਤੀ ਹੋ ਗਈ, ਮਤ ਬਖਸ਼ੋ ਗਿਆਨ ਬਖਸ਼ੋ ਮੈਨੂੰ ਸਮਝ ਨਹੀਂ, ਹੁਣ ਤੀਜੀ ਵਾਰ ਥੜੇ ਬਣਾਉਣੇ ਸ਼ੁਰੂ ਕੀਤੇ। ਚੱਲ ਕੇ ਗੁਰੂ ਅਮਰਦਾਸ ਮਹਾਰਾਜ ਭਾਈ ਰਾਮਾ ਜੀ ਦੇ ਕੋਲ ਫੇਰ ਆਏ, ਆਖਣ ਲੱਗੇ ਰਾਮਿਆ ਕੀ ਤੇਰੀ ਅਕਲ ਤੇ ਪਰਦਾ ਪਿਆ, ਤੇਰੇ ਖਾਨੇ ਚ ਗੱਲ ਕਿਉਂ ਨਹੀਂ ਪਈ, ਇਹ ਤੇ ਥੜਾ ਪਹਿਲਾਂ ਨਾਲੋਂ ਵੀ ਟੇਢਾ। ਹੁਣ ਭਾਈ ਰਾਮਾ ਜੀ ਤੋਂ ਰਿਹਾ ਨਾ ਗਿਆ, ਆਖਣ ਲੱਗੇ ਪਾਤਸ਼ਾਹ ਥੜਾ ਪਹਿਲਾਂ ਵੀ ਸਿੱਧਾ ਸੀ, ਥੜਾ ਹੁਣ ਵੀ ਸਿੱਧਾ ਹੈ, ਤੁਹਾਡੀ ਉਮਰ ਵੱਡੀ ਹੋ ਗਈ ਹੈ। 93-94 ਸਾਲ ਦੀ ਉਮਰ ਵਿੱਚ ਆਪ ਜੀ ਆ ਗਏ ਹੋ, ਤੁਸੀਂ ਆਪਣੀਆਂ ਗੱਲਾਂ ਕਹਿ ਕੇ ਭੁੱਲ ਜਾਂਦੇ ਹੋ, ਥੜਾ ਠੀਕ ਹੈ। ਗੁਰੂ ਅਮਰਦਾਸ ਮਹਾਰਾਜ ਨੇ ਇਹ ਬਚਨ ਸੁਣੇ, ਸਤਿਗੁਰਾਂ ਕੁਛ ਵੀ ਨਾ ਆਖਿਆ, ਸੰਗਤਾਂ ਨੇ ਵੇਖ ਲਿਆ ਵੀ ਤੀਜੀ ਕਸਵੱਟੀ ਵਿੱਚ ਭਾਈ ਰਾਮਾ ਜੀ ਆਪੇ ਤੋਂ ਬਾਹਰ ਹੋ ਗਏ, ਗੁੱਸਾ ਕਰ ਗਏ ਵੀ ਮੇਰਾ ਤੇ ਕੰਮ ਠੀਕ ਹੈ, ਭੁਲੇਖਾ ਸਿਰਫ ਗੁਰੂ ਨੂੰ ਪੈਂਦਾ, ਮੈਂ ਗਲਤ ਨਹੀਂ ਹਾਂ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਬਰੀਕੀ ਨਾਲ ਸਰਵਣ ਕੀਤਾ। ਆਓ ਕੁਝ ਸਮਾਂ ਮਨ ਵਿਰਤੀਆਂ ਨੂੰ ਏਕਾਗਰ ਚਿੱਤ ਬਣਾਈਏ, ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ ਗੱਲ ਵੱਧ ਕੇ ਆਖੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ ਜੀ, ਸਤਨਾਮ ਸ੍ਰੀ ਗੁਰੂ ਸਾਹਿਬ ਜੀ।
ਪੁੰਨ ਸ੍ਰੀ ਅਮਰ ਹੁਣ ਸ੍ਰੀ ਰਾਮਦਾਸ ਡਿੱਗ ਗਏ, ਹੇਰ ਹਰੀ ਕੋ ਬੋਲਤ ਭਈ। ਭਾਈ ਰਾਮ ਕੋਇਲ ਜੀ ਇਸ ਪਾਵਨ ਕਥਾ ਦਾ ਵਿਗਿਆਨ ਕਰ ਰਹੇ ਨੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜਦੋਂ ਭਾਈ ਰਾਮਾ ਜੀ ਨੂੰ ਆਖਣ ਲੱਗੇ ਪੁੱਤਰਾ ਖੜਾ ਢਾਵੇ, ਉਹਨਾਂ ਨੇ ਸੁਭਾਗ ਕੀ ਕਹਿ ਦਿੱਤਾ, ਸਤਿਗੁਰੂ ਜੀ ਤੁਹਾਡੀ ਸਮਝ ਵਿੱਚ ਫਰਕ ਹੈ, ਥੜੇ ਚ ਕੋਈ ਫਰਕ ਨਹੀਂ, ਮੈਂ ਬੜੀ ਮਿਹਨਤ ਦੇ ਨਾਲ ਇਹ ਖੜਾ ਬਣਾਇਆ, ਤੁਹਾਡੀ ਉਮਰ ਵਡੇਰੀ ਹੋ ਗਈ ਹੈ, ਤੁਸੀਂ ਆਪਣੀਆਂ ਕਈਆਂ ਹੋਈਆਂ ਗੱਲਾਂ ਆਪ ਭੁੱਲ ਜਾਂਦੇ ਹੋ, ਜਿੱਥੇ ਤੁਸੀਂ ਖੜਾ ਬਣਾਉਣ ਨੂੰ ਇਸ਼ਾਰਾ ਕੀਤਾ, ਲਕੀਰ ਖਿੱਚੀ, ਮੈਂ ਉੱਥੇ ਹੀ ਬਣਾਇਆ। ਦੀਨ ਦੁਨੀਆਂ ਦੇ ਮਾਲਕ ਸਤਿਗੁਰਾਂ ਨੇ ਕੋਈ ਵੀ ਸ਼ਬਦ ਨਾ ਬੋਲਿਆ, ਸਹਿਜ ਸੁਭਾਅ ਸਤਿਗੁਰੂ ਜੀ ਉੱਥੋਂ ਚੱਲੇ ਨੇ ਜਿੱਥੇ ਰਾਮਦਾਸ ਜੀ ਖੜਾ ਬਣਾ ਲਿਆ, ਪਰ ਭਾਈ ਰਾਮਾ ਜੀ ਨੇ ਤੀਜੀ ਵਾਰ ਉਹ ਖੜਾ ਟਾਇਆ ਨਹੀਂ, ਪਾਪ ਸਤਿਗੁਰਾਂ ਦਾ ਵਚਨ ਨਹੀਂ ਮੰਨਿਆ, ਮਰਜ਼ੀ ਕੀਤੀ। ਪਰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਜਾਣਦੇ ਆ ਇਹਨਾਂ ਕੋਲ ਨੇਮ ਜ਼ਰੂਰ ਹੈ ਪਰ ਪ੍ਰੇਮ ਨਜ਼ਰ ਨਹੀਂ ਆਉਂਦਾ। ਇਸੇ ਨੀਕੀ ਨਹੀਂ ਬਣਾਈ, ਕਈ ਵਾਰ ਬੋ ਮਤ ਨਹੀਂ ਆਈ। ਜਦੋਂ ਚੱਲ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਰਾਮਦਾਸ ਜੀਆਂ ਦੇ ਕੋਲੇ ਆਏ, ਉਹੀ ਪਹਿਲਾਂ ਵਾਲਾ ਬਚਨ ਆਖਿਆ, ਕਹਿੰਦੇ ਰਾਮਦਾਸ ਤੂੰ ਥੋੜਾ ਠੀਕ ਨਹੀਂ ਬਣਾਇਆ ਭਾਈ, ਤੇਰਾ ਹਰ ਵਾਰ ਹੀ ਥੋੜਾ ਟੇਢਾ ਕਿਉਂ ਹੁੰਦਾ, ਇਹ ਤੀਜੀ ਵਾਰ ਕਹਿ ਰਹੇ ਨੇ ਸਾਨੂੰ। ਜਦੋਂ ਸਤਿਗੁਰਾਂ ਨੇ ਬਚਨ ਆਖੇ ਨਾ, ਰਾਮਦਾਸ ਦੀਆਂ ਨੇਤਰ ਨੀਵੇਂ ਹੋ ਗਏ, ਮਨ ਘਬਰਾ ਗਿਆ, ਕੋਈ ਸਿਆਣਪ ਨਹੀਂ ਵਰਤਾਈ, ਕੋਈ ਅਕਲ ਦਾ ਜ਼ੋਰ ਨਹੀਂ ਲਾਇਆ, ਜਿਵੇਂ ਭਾਈ ਰਾਮਾ ਜੀ ਨੇ ਕਹਿ ਦਿੱਤਾ ਮਹਾਰਾਜ ਮੈਂ ਤੇ ਬੜੀ ਸੂਝਤਾ ਨਾਲ ਸਿਆਣਪ ਨਾਲ ਤਿੰਨ ਵਾਰ ਬਣਾਇਆ, ਤੁਹਾਡੇ ਹੀ ਮਤ ਚ ਫਰਕ ਹੈ, ਮੈਨੂੰ ਕੀ ਫਰਕ ਹੈ, ਮੈਂ ਦੱਸੇ ਹੀ। ਪਰ ਰਾਮਦਾਸ ਦੀਆਂ ਨੇ ਐਸਾ ਕੋਈ ਬਚਨ ਨਾ ਆਖਿਆ, ਗਿਮ ਕਹਿ ਗਏ ਬਣੀ ਟਿਮ ਨਾਹੀ, ਸ਼ਰਮ ਬਾਦ ਕੀ ਨਸੇ ਸਮਾਹੀ। ਸਭ ਕਹਿੰਦੇ ਪੁੱਤਰਾ ਕਿਉਂ ਬਿਨਾਂ ਗੱਲ ਤੋਂ ਥਕਾਵਟਾਂ ਪਾਈਆਂ ਨੇ, ਜਿਵੇਂ ਦਾ ਤੈਨੂੰ ਕਿਹਾ ਉਵੇਂ ਦਾ ਤੇ ਬਣਿਆ ਹੀ ਨਹੀਂ, ਤੈਨੂੰ ਕਿਉਂ ਬਣਾਉਣਾ ਨਹੀਂ ਆਉਂਦਾ। ਤੇ ਕਰੂਰਤਾ ਭਰੇ ਸ਼ਬਦ ਗੁਰੂ ਅਮਰਦਾਸ ਜੀ ਨੇ ਜਾਣ ਬੁੱਝ ਕੇ ਆਖੇ ਨੇ, ਕਸਵੱਟੀ ਚੱਲਦੀ ਹੈ, ਨਾ ਕੋਈ ਤਾਰੀਫ ਕੀਤੀ ਨਾ ਕੋਈ ਸਿਫਤ ਕੀਤੀ, ਜਾਣਦੇ ਨੇ ਸਤਿਗੁਰੂ ਥੜਾ ਤੇ ਬਹੁਤ ਸੋਹਣਾ, ਥੜੇ ਕਿਸੇ ਚ ਫਰਕ ਨਹੀਂ ਸੀ, ਤਿੰਨ ਵਾਰੀ ਤਿੰਨਾਂ ਚ ਇੱਧਰ ਵੀ ਤੇ ਉੱਧਰ ਵੀ, ਪਰ ਅੱਜ ਵੀ ਸਤਿਗੁਰੂ ਦੀ ਆਖਣ ਲੱਗੇ ਇਹਨੂੰ ਢਾ ਦੇ। ਕਹਿੰਦੇ ਜੀ ਸਤਿਗੁਰੂ ਤੇ ਗੁਰੂ ਸਾਹਿਬ ਕਹਿੰਦੇ ਜਿਹੋ ਜੇ ਪਹਿਲਾਂ ਬਣਾਏ ਨੇ ਫੇਰ ਉਹੋ ਜੇ ਹੁਣ ਨਾ ਬਣਾਈ। ਸੁਣ ਗੁਰ ਬਾਕ ਮੰਦ ਨਿਜ ਜਾਣਿਓ, ਭਇਓ ਨਮਰ ਪਾਇਨ ਲਪਟਾਨਿਓ। ਬੜੀ ਨਿਮਰਤਾ ਵਿੱਚ ਆ ਕੇ ਰਾਮਦਾਸ ਜੀਆਂ ਨੇ ਸਤਿਗੁਰਾਂ ਦਾ ਤੀਜਾ ਹੁਕਮ ਮੰਨ ਕੇ ਵੀ ਉਹ ਥੜਾ ਉਸੇ ਪਾਲਣਾ ਦਾ ਕੋਈ ਫਰਕ ਨਹੀਂ, ਕਿਉਂਕਿ ਉਹ ਪਦਾਰਥਾਂ ਨਾਲ ਇੱਟਾਂ ਨਾਲ ਮਸਾਲੇ ਨਾਲ ਨਹੀਂ ਜੁੜੇ ਹੋਏ, ਉਹਨਾਂ ਦਾ ਜੀਵਨ ਸੀ ਗੁਰੂ ਦਾ ਬਚਨ ਕਮਾਉਣਾ, ਗੁਰੂ ਦੀ ਸੇਵਾ ਕਰਨੀ। ਹੁਣ ਗੁਰੂ ਸੇਵਾ ਦੇ ਵਿੱਚ ਭਾਵੇਂ ਕੁਝ ਬਣਵਾ ਲੈਣ ਭਾਵੇਂ ਕੁਝ ਢਾ ਦੇਣ, ਸਿੱਖ ਦੇ ਅੰਦਰ ਤੇ ਪਿਆਰ ਤੇ ਸ਼ਰਧਾ ਉਸੇ ਤਰ੍ਹਾਂ ਰਹਿਣੀ ਚਾਹੀਦੀ ਹੈ। ਉਹਦਾ ਲਗਾਵ, ਉਹਨਾਂ ਦਾ ਲਗਾਵ ਕਿਸੇ ਥੜੇ ਨਾਲ ਨਹੀਂ, ਕਿਸੇ ਇੱਟਾਂ ਨਾਲ ਉਹ ਨਹੀਂ, ਗੁਰੂ ਦੇ ਹੁਕਮ ਨਾਲ ਸੀ।
ਥੜਾ ਢਾਉਣ ਤੋਂ ਬਾਅਦ ਸਤਿਗੁਰਾਂ ਦੇ ਚਰਨ ਡੰਡੇ ਵਾਂਗ ਲੰਮੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਾਮਦਾਸ ਨੇ ਜੁੜੇ, ਮਾਫੀ ਮੰਗਦੇ, ਹਜ਼ੂਰ ਮੈਂ ਮੂਰਖ ਹਾਂ, ਮੈਨੂੰ ਸਮਝ ਨਹੀਂ ਆਉਂਦੀ, ਹਰ ਵਾਰ ਮੇਰੇ ਤੋਂ ਗਲਤੀ ਹੋ ਜਾਂਦੀ ਹੈ। ਹੋ ਅਜਾਣ ਨਿਤ ਭੁੱਲਣ ਹਾਰੋ, ਤੁਮ ਕਿਰਪਾਲ ਨਿਜ ਬਿਰਦ ਸੰਭਾਰੋ। ਮੈਂ ਅਣਜਾਣ ਹਾਂ, ਤੁਸੀਂ ਗਿਆਨਵਾਨ ਹੋ। ਸਤਿਗੁਰੂ ਦੀ ਅਣਜਾਣ ਕੋਈ ਗਲਤੀ ਕਰ ਜੇ ਤੇ ਗਿਆਨਵਾਨ ਬਖਸ਼ ਲੈਂਦੇ ਨੇ, ਤੁਹਾਡਾ ਇਹ ਬਿਰਦ ਹੈ। ਜੇ ਪਹਿਲੀ ਵਾਰ, ਦੂਜੀ ਵਾਰ, ਹੁਣ ਤੀਜੀ ਵਾਰ ਵੀ ਥੜਾ ਸਹੀ ਨਹੀਂ ਬਣਿਆ, ਆਪ ਕਿਰਪਾ ਕਰਕੇ ਇਹ ਸੇਵਾ ਲੈ ਲਓ ਆਖੋ ਸਤਿਨਾਮ। ਕੋਈ ਰੰਜ ਨਹੀਂ ਕੀਤਾ, ਕੋਈ ਗੁੱਸਾ ਨਹੀਂ ਕੀਤਾ ਵੀ ਤਿੰਨ ਵਾਰ ਥੜਾ ਵਾਰ ਲਟਵਾ। ਪਰ ਭਾਈ ਰਾਮਾ ਜੀ ਸੇਵਾ ਤੇ ਉਹ ਵੀ ਕਰਦੇ ਸੀ, ਉਹਨਾਂ ਦੀ ਸੇਵਾ ਸੀ ਨੇਮ ਵਾਲੀ। ਨੇਮ ਵਿੱਚ ਪ੍ਰੇਮ ਨਹੀਂ ਹੁੰਦਾ, ਉਹ ਤੇ ਤੀਜੀ ਵਾਰ ਸਤਿਗੁਰਾਂ ਦੇ ਸਾਹਮਣੇ ਬੋਲ ਗਏ। ਕਹਿੰਦੇ ਮਹਾਰਾਜ, ਉਮਰ ਕਰਕੇ ਤੁਹਾਨੂੰ ਆਪਣੇ ਕਹੇ ਬੋਲ ਯਾਦ ਨਹੀਂ ਹੁੰਦੇ, ਆ ਕੇ ਤੁਸੀਂ ਮੇਰਾ ਥੜਾ ਢਵਾ ਦਿੰਦੇ। ਪਰ ਰਾਮਦਾਸ ਜੀਆਂ ਨੇ ਕੋਈ ਵਚਨ ਐਸਾ ਨਾ ਆਖਿਆ, ਸਗੋਂ ਮਾਫੀ ਮੰਗਦੇ ਨੇ। ਮਾਫੀ ਵੀ ਉਸ ਚੀਜ਼ ਦੀ ਮੰਗਦੇ ਨੇ ਜੋ ਕੀਤਾ ਹੀ ਕਰੇ ਨਹੀਂ। ਇਹ ਨਿਮਰਤਾ ਦਾ ਗਹਿਣ। ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਅਮਰਦਾਸ ਜੀਆਂ ਦੇ ਚਰਨ ਫੜ ਕੇ ਰੋ ਪਏ, ਸੱਚੇ ਪਾਤਸ਼ਾਹ ਮੇਰੀਆਂ ਭੁੱਲਾਂ ਮੇਰੀਆਂ ਹੀ ਨੇ, ਕਿਰਪਾ ਕਰਕੇ ਚਤਾਰਿਓ ਨਾ, ਅਣਜਾਣ ਦੇ ਆ ਸੇਵਕ ਜਾਣ ਕੇ ਮੈਨੂੰ ਚਰਨਾਂ ਵਿੱਚ ਥਾਂ ਦੇ ਦਿਓ, ਮੈਨੂੰ ਬਖਸ਼ ਲਿਓ, ਅੱਗੇ ਤੋਂ ਭੁੱਲਾਂ ਕਰਾਂ। ਵਾਰ ਵਾਰ ਬਖਸ਼ਤ ਹੋ ਮੋਹੀ, ਅਪਰਾਧੇ ਅਰ ਮੂਰਖ ਕੋਹੀ। ਗੁਰੂ ਜੀ, ਵਾਰ ਵਾਰ ਜਿਹਨੂੰ ਬਖਸ਼ਿਆ ਜਾਵੇ ਨਾ, ਉਹ ਅਪਰਾਧੀ ਤੇ ਗੁਨਾਹਗਾਰ ਤੇ ਮੂਰਖ ਹੁੰਦਾ। ਤੁਸੀਂ ਵਾਰ ਵਾਰ ਹੁਕਮ ਕਰਦੇ ਹੋ, ਮੈਂ ਵਾਰ ਵਾਰ ਗਲਤੀ ਕਰਦਾ, ਤੁਸੀਂ ਹਰ ਵਾਰ ਮੇਰੀ ਮਾਫੀ ਨੂੰ ਬਖਸ਼ ਲੈਂਦੇ ਹੋ, ਬਖਸ਼ਣ ਦੇ ਲਾਇਕ ਨਹੀਂ, ਤੁਸੀਂ ਤਰਸ ਕਰਦੇ ਹੋ। ਪਾਤਸ਼ਾਹ ਤੁਸੀਂ ਮਿਹਰਬਾਨ ਹੋ ਤੇ ਮੈਂ ਸਿਆਣਾ ਨਹੀਂ ਹਾਂ। ਐਡੀ ਨਿਮਰਤਾ ਦੇ ਬੋਲ ਰਾਮਦਾਸ ਮਹਾਰਾਜ ਕਹਿ ਰਹੇ ਆ, ਜਦ ਕਿ ਵੇਖਿਆ ਜਾਵੇ ਤੁਹਾਡੇ ਚ ਕੋਈ ਕਮੀ ਨਹੀਂ, ਸ਼ਰਧਾ ਵਿੱਚ ਕੋਈ ਕਮੀ ਨਹੀਂ, ਪ੍ਰੇਮ ਵਿੱਚ ਕੋਈ ਕਮੀ ਨਹੀਂ, ਗੁਰੂ ਦਾ ਹੁਕਮ ਬਜ਼ਾ ਰਹੇ ਨੇ ਜਿਵੇਂ ਸਤਿਗੁਰੂ ਕਹਿੰਦੇ ਮੰਨ ਰਹੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਹੈ ਮੇਰੇ ਸਤਿਗੁਰਾਂ ਨੂੰ ਜੇ ਥੜਾ ਪਸੰਦ ਨਹੀਂ ਆਇਆ ਤੇ ਗਲਤੀ ਤੇ ਮੇਰੀ ਹੈ ਨਾ, ਅਪਰਾਧ ਤੇ ਮੇਰਾ ਏ, ਗੁਨਾਹ ਤੇ ਮੈਂ ਹੀ ਕੀਤਾ ਏ। ਚੇਤਕ ਸਮਤ ਦੇਤ ਸੋ ਜਾਨਵ, ਬਿਨਾ ਦੀਏ ਕਿਆ ਬਪਰਾ ਮਾਨਵ। ਸਤਿਗੁਰੂ ਕਹਿੰਦੇ ਪੁੱਤਰਾ, ਹੱਥ ਦੀ ਸਫਾਈ ਨਾਲ ਬਣਾਈ ਦਾ। ਕਹਿੰਦੇ ਮਰਦ, ਹੱਥ ਦੀ ਸਫਾਈ ਤਾਂ ਹੁੰਦੀ ਹੈ ਜੇ ਮਤ ਤੁਸੀਂ ਦੇ ਦਿਓ ਆਖੋ ਸਤਿਨਾਮ। ਮੇਰੀ ਮਤ ਚ ਤੇ ਗੁਨਾਹੀ ਨੇ, ਮੇਰੀ ਅਕਲ ਵਿੱਚ ਤੇ ਸੱਚੇ ਪਾਤਸ਼ਾਹ ਪੈਰ ਪੈਰ ਤੇ ਭੁੱਲਾਂ ਨੇ। ਇੱਕ ਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਹੈ, ਜਦ ਗੁਰੂ ਗ੍ਰੰਥ ਸਾਹਿਬ ਮਰਗ ਦੀ ਹਜ਼ੂਰੀ ਵਿੱਚ ਆਈਏ, ਅੱਖਾਂ ਭਰੀਆਂ ਹੋਣ, ਗਲ ਵਿੱਚ ਪੱਲਾ ਹੋਵੇ, ਪਾਤਸ਼ਾਹ ਹਾਓ ਅਪਰਾਧੀ ਗੁਨਾਹਗਾਰ, ਹਾਓ ਬੇਮੁਖ ਮੰਦਾ, ਚੋਰ ਜਾਰ ਜੁਆਰ ਹਾਓ, ਪਰ ਘਰ ਜੋ ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਫਿਰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਪੂਰਾ ਰੱਖਦਾ ਸਿਮਰ ਮਰੀਦਾ ਢਾਡੀਆਂ, ਸਤਿਗੁਰ ਬਖਸ਼ਦਾ। ਕਿੱਡੀ ਨਿਮਰਤਾ ਹੈ ਵੀ ਮੈਂ ਹਰਾਮ ਖੋਰ ਹਾਂ, ਮੈਂ ਪਾਪੀ ਹਾਂ, ਮੈਂ ਕਾਮੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਲੋਭੀ ਹਾਂ, ਮੈਂ ਚੋਰ ਹਾਂ, ਮੈਂ ਠੱਗ ਹਾਂ। ਕੇਵਲ ਇਹ ਬੇਨਤੀ ਇੱਕ ਗੁਰੂ ਦਾ ਨਿਮਾਣਾ ਸਿੱਖ ਕਰ ਸਕਦਾ ਹੈ। ਹੰਕਾਰ ਦਾ ਭਰਿਆ ਤੇ ਨੇਮ ਦਾ ਭਰਿਆ ਤੇ ਆਖੂਗਾ, ਮੇਰੇ ਚ ਗਲਤੀ ਕੋਈ ਨਹੀਂ, ਮੈਂ ਸਹੀ ਹਾਂ,
ਮੈਂ ਧਰਮ ਦੇ ਦੁਆਰੇ ਤੇ ਆਉਣਾ ਜ਼ਰੂਰੀ ਨਹੀਂ, ਧਰਮ ਦੀ ਦੁਨੀਆਂ 'ਚ ਆਉਣ ਵਾਲੇ ਲੋਕ ਸਾਰੇ ਚੰਗੇ ਹੁੰਦੇ ਆ, ਜ਼ਰੂਰੀ ਨਹੀਂ ਹੁੰਦਾ। ਗੁਰੂ ਘਰ ਵਿੱਚ ਬੜੇ ਆਏ, ਜੀਵਨ ਸੁਣ ਰਹੇ ਆ। ਗੁਰੂ ਘਰ ਵਿੱਚ ਰਹਿਣ ਵਾਲੇ ਸੀ ਬਾਬਾ ਪ੍ਰਿਥੀ ਚੰਦ ਜੀ, ਧੀਰ ਮਲ ਜੀ ਗੁਰੂ ਘਰ 'ਚ ਹੀ ਰਹਿੰਦੇ ਸੀ। ਬਾਬਾ ਰਾਮ ਰਾਏ ਕਿਹੜਾ ਗੁਰੂ ਘਰ ਤੋਂ ਬਾਹਰ ਸੀ, ਗੁਰੂ ਪੁੱਤਰ ਸਨ। ਕੌਣ ਸੀ ਇਹ ਸਾਰੇ? ਗੁਰੂ ਪਰਿਵਾਰ ਚੋਂ ਸੀ, ਗੁਰੂ ਘਰ 'ਚ ਰਹਿੰਦੇ ਸੀ। ਮਤ ਕਿਉਂ ਨਹੀਂ ਆਈ? ਕਿਉਂਕਿ ਆਪਣੀ ਮਤ ਨਹੀਂ ਤਿਆਗੀ। ਆਖੋ ਸਤਨਾਮ। ਸਾਰੀ ਜ਼ਿੰਦਗੀ ਬੰਦਾ ਗੰਗਾ ਨਹਾਉਂਦਾ ਰਹੇ, ਜਮਨਾ ਤੇ ਨਹਾਉਂਦਾ ਰਹੇ, ਤੀਰਥਾਂ ਤੇ ਦਾਨ ਪੁੰਨ ਕਰਦਾ ਰਵੇ, ਮੰਦਰ ਮਸਜਿਦ ਗੁਰਦੁਆਰੇ ਜਾਂਦਾ ਰਵੇ, ਉਦੋਂ ਤੱਕ ਕੋਈ ਲਾਭ ਨਹੀਂ ਜਦੋਂ ਤੱਕ ਆਪਣੀ ਹੋਮੇ ਨਹੀਂ ਤਿਆਗਦਾ, ਆਪਣੀ ਮਤ ਨਹੀਂ ਛੱਡਦਾ। ਤੇ ਰਾਮਦਾਸ ਜੀ ਦੀ ਨਿਮਰਤਾ ਸੰਗਤ ਵੇਖ ਰਹੀ ਸੀ, ਰੋ ਪਏ ਸਤਿਗੁਰਾਂ ਦੇ ਚਰਨ ਫੜ ਕੇ। ਮਹਾਰਾਜ ਕੋਸ਼ਿਸ਼ ਤੇ ਬੜੀ ਕੀਤੀ, ਹਰ ਵਾਰ ਗਲਤੀ ਹੋ ਜਾਂਦੀ ਹੈ, ਕਦੋਂ ਤੱਕ ਬਖਸ਼ਦੇ ਰਹੋਗੇ? ਬਸ ਤਰਸ ਕਰੋ, ਬਾਵਰ ਕਰਨਾ ਕਰਿਓ ਬਤਾਵੋ, ਨੀਕੇ ਰੀਤ ਭਾਖ ਸਮਝਾਵੋ। ਹੁਣ ਮਹਾਰਾਜ ਇੱਕ ਵਾਰ ਫੇਰ ਕਿਰਪਾ ਕਰਦੇ ਹੋ, ਮੈਨੂੰ ਸਹੀ ਤਰੀਕੇ ਨਾਲ ਸਮਝ ਆ ਜੇ, ਦੱਸ ਦਿਓ ਖੜਾ ਬਣਾਉਣਾ ਕਿਹੜੀ ਥਾਂ ਤੇ ਕਿਵੇਂ। ਚੌਥੀ ਵਾਰ ਤਿਆਰ ਨੇ ਬਣਾਉਣ ਨੂੰ, ਪਰ ਭਾਈ ਰਾਮਾ ਜੀ ਦੇ ਜਵਾਬ ਹੀ ਦੇ ਕੇ ਕਹਿੰਦੇ, ਮਹਾਰਾਜ ਤੁਸੀਂ ਆਪਣੇ ਆਪ ਬਾਰੇ ਸੋਚੋ, ਪਹਿਲਾਂ ਤੁਸੀਂ ਕੀ ਕਹਿ ਦਿੰਦੇ ਹੋ, ਹੁਣ ਤੁਸੀਂ ਕੀ ਕਹਿ ਦਿੰਦੇ? ਇਹਦੀ ਉਮਰ ਦਾ ਕਸੂਰ ਹੈ, ਤੁਹਾਡਾ ਕਸੂਰ ਨਹੀਂ, ਜਦਕਿ ਦੋਨੋਂ ਹੀ ਬਰਾਬਰ ਨੇ ਸਤਿਗੁਰਾਂ ਦੇ। ਬੀਬੀ ਦਾਨੀ ਜੀ ਦੇ ਪਤੀ ਨੇ ਭਾਈ ਰਾਮਾ ਜੀ, ਭਾਨੀ ਜੀ ਦੇ ਪਤੀ ਨੇ ਰਾਮਦਾਸ ਜੀ, ਗੁਰੂ ਘਰ ਦੇ ਦੋਨੋਂ ਜਵਾਈ ਨੇ, ਤੇ ਦੋਨਾਂ ਨੂੰ ਸਤਿਗੁਰਾਂ ਪਰਖ ਲਿਆ। ਪਰਖਿਆ ਵੀ ਐਸਾ, ਕੋਈ ਦਿਹਾੜੀਆਂ ਨਹੀਂ ਦਿੱਤਾ, ਕੋਈ ਪਾਣੀ ਵਾਲਾ ਨਹੀਂ ਦਿੱਤਾ ਨਾਲ, ਇਹ ਵੀ ਕਹਿ ਦਿੱਤਾ ਖੜਾ ਬਣਾ ਕੇ ਰੋਟੀ ਫੇਰ ਖਾਇਓ। ਕੌਣ ਪਰਖ ਲੱਗਾ? ਪਰਖਿਆ ਸਤਿਗੁਰਾਂ ਨੇ। ਉਸ ਪਰਖ ਵਿੱਚ ਭਾਈ ਰਾਮਾ ਜੀ ਤੇ ਭਾਰ ਨਾ ਹੋ ਸਕੀ। ਇਹਦਾ ਭਾਵ ਇਹ ਨਹੀਂ ਵੀ ਭਾਈ ਰਾਮਾ ਜੀ ਚੰਗੇ ਨੇ, ਜਿਹੜਾ ਅੱਜ ਕੱਲ ਦਾ ਸਮਾਂ ਚੱਲਦਾ ਨਾ ਸਾਡੇ ਸਿੱਖਾਂ ਦਾ, ਸੀ ਜਿਹਨੂੰ ਮਰਜ਼ੀ ਸਾਡੇ ਨੂੰ ਕਿਹੜੇ ਜਾਂਦੇ ਆ, ਵੀ ਮਾੜਾ ਜੀ, ਬਾਬਾ ਸ੍ਰੀ ਚੰਦ ਜੀ ਚੰਗੇ ਨੀ, ਲਕਸ਼ਮੀ ਦਾਸ ਜੀ ਚੰਗੇ ਨੀ, ਅਸੀਂ ਤੇ ਨਿੰਦਿਆ ਤੇ ਉਤਰੇ ਹੋਏ ਆ ਸਵੇਰ ਤੋਂ ਸ਼ਾਮ ਤੱਕ। ਪੁੱਛੋ ਕੌਣ ਚੰਗਾ? ਕਹਿੰਦੇ ਮੈਂ ਚੰਗਾ, ਮੈਂ ਬਹੁਤ ਚੰਗਾ, ਮੈਂ ਨੀ ਕਿਰਦਾ ਮਾੜਾ ਕੀਤਾ। ਨਹੀਂ ਭਾਈ, ਚੰਗਾ ਹੋਣਾ ਤੇ ਮਹਾਨ ਹੋਣਾ ਦੋਨਾਂ ਚ ਫਰਕ ਹੁੰਦਾ ਹੈ। ਭਾਈ ਰਾਮਾ ਜੀ ਬਹੁਤ ਚੰਗੇ ਨੇ, ਗੁਰੂ ਦੇ ਘਰ ਦੇ ਜਵਾਈ ਨੇ, ਗੁਰੂ ਘਰ ਦੇ ਸੇਵਾਦਾਰ ਨੇ, ਨੇਮ ਵੀ ਰੱਖਦੇ ਨੇ, ਪ੍ਰੇਮ ਵੀ ਰੱਖਦੇ ਨੇ, ਪਰ ਇਹ ਕਿਹਾ ਜਾ ਸਕਦਾ ਵੀ ਗੁਰਗੱਦੀ ਦੇ ਵਾਰਸ ਨਹੀਂ ਬਣ ਸਕਦੇ? ਤਖ਼ਤ ਵਹਿ ਤਖ਼ਤ ਕੀ ਲਾਇਕ, ਉਹ ਹੀ ਬਹਿ ਸਕਦੇ ਨੇ ਜਿਹੜੇ ਤਖ਼ਤ ਦੇ ਲਾਇਕ ਹਨ। ਗੁਰੂ ਅਮਰਦਾਸ ਮਹਾਰਾਜ ਕੁਰਬਾਨ ਸਨ। ਰਾਮਦਾਸ ਜੀ ਦੀ ਸ਼ਰਧਾ ਨਿਮਰਤਾ ਵੇਖ ਕਹਿੰਦੇ, ਮਰਦ ਇੱਕ ਮੌਕਾ ਦੇ ਦਿਓ ਖੜਾ ਬਣਾਉਣ ਦਾ, ਕੋਸ਼ਿਸ਼ ਕਰਾਂਗੇ ਤੁਹਾਡੀ ਕਿਰਪਾ ਦੇ ਨਾਲ, ਜੇ ਸਹੀ ਬਣ ਜਾਵੇ। ਮੈਂ ਮਤ ਮੰਦ ਭਾਗ ਵਿਚਾਰਾ, ਜਾਣ ਸਕਿਓ ਨੇ ਕਹਿਓ ਤੁਮਾਰਾ। ਹਜ਼ੂਰ ਮੈਂ ਤੁਹਾਡੇ ਕਹੇ ਬਚਨਾਂ ਨੂੰ ਸਮਝ ਨਹੀਂ ਸਕਿਆ, ਮੇਰੀ ਮਤ ਮੈਨੂੰ ਬਚਲਾ ਦਿੰਦੀ ਹੈ, ਮੈਂ ਕਮਲਾ ਦਿੰਦਾ। ਐਡੀ ਨਿਮਰਤਾ ਦੇ ਬਚਨ ਕਿਸੇ ਕੋਲੋਂ ਨਹੀਂ ਮਿਲੇ। ਗੁਰੂ ਰਾਮਦਾਸ ਮਰਦ ਵਰਗਾ ਕੋਈ ਵਿਰਾਗੀ ਹੋ ਸਕਦਾ? ਤਿਆਗੀ ਹੋ ਸਕਦਾ? ਉਹਨਾਂ ਵਰਗਾ ਕੋਈ ਪ੍ਰੇਮੀ ਹੋ ਸਕਦਾ? ਸਾਰਾ ਜੀਵਨ ਅੱਖਾਂ ਵਿੱਚ ਅਥਰੂ ਰਹਿੰਦੇ ਸੀ, ਦਾਣਾ ਪਿੱਛੇ ਰਹਿੰਦਾ ਸੀ ਗੁਰੂ ਰਾਮਦਾਸ ਜੀ ਦਾ। ਇੰਨਾ ਵਿਰਾਗ, ਇੰਨਾ ਤਿਆਗ ਤੇ ਇੰਨਾ ਪਿਆਰ ਸੀ ਗੁਰੂ ਅਮਰਦਾਸ ਮਹਾਰਾਜ ਦੇ ਨਾਲ, ਅੱਜ ਵੀ ਕਹਿੰਦੇ ਅਥਰੂਆਂ ਨਾਲ ਦਾਣਾ ਭਰਿਆ ਹੋਇਆ, ਚੱਲ ਨਹੀਂ ਸਤਿਗੁਰਾਂ ਦੇ ਛੱਡਦੇ। ਮਰਦ ਕਹਿੰਦੇ ਪੁੱਤਰਾ ਉੱਠ। ਕਹਿੰਦੇ ਪਾਤਸ਼ਾਹ ਪਹਿਲਾਂ ਬਖਸ਼ਿਓ, ਪਹਿਲਾਂ ਮਾਫ ਕਰ ਦਿਓ, ਤਿੰਨ ਵਾਰ ਮੈਂ ਗੁਸਤਾਖੀ ਕੀਤੀ ਹੈ। ਇਮ ਕੈ ਗਰਮ ਹੈ ਅੰਚਰ ਡਰਾ,
ਛਿਮੋ ਪ੍ਰਭੂ ਅਪਰਾਧ ਹਮਾਰਾ। ਸਤਿਗੁਰਾਂ ਦੇ ਮੋਢਿਆਂ ਤੋਂ ਫੜ ਕੇ ਰਾਮਦਾਸ ਜੀਆਂ ਨੂੰ ਉਠਾਇਆ ਭਾਵੇਂ ਸੱਚੇ ਪਾਤਸ਼ਾਹ 93-94 ਵਰਿਆਂ ਦੀ ਉਮਰ ਦੇ ਵਿੱਚ ਨੇ। ਇਸ ਵਕਤ ਗੁਰੂ ਅਮਰਦਾਸ ਸਰੀਰ ਜਜ਼ਰੀ ਹੈ, ਸਰੀਰ ਬਜ਼ੁਰਗ ਹੈ, ਹਿੰਮਤ ਕਰਕੇ ਉਠਾਇਆ, ਸਾਹਮਣੇ ਖੜੇ ਅੱਖ ਨੀ ਮਲਾਉਂਦੇ ਰਾਮਦਾਸ, ਅੱਖਾਂ ਚ ਹੰਝੂ ਨੇ, ਸਿਰ ਨੀ ਵਾਏ, ਕਹਿੰਦੇ ਮਰਦ ਮੈਂ ਅਪਰਾਧੀ ਹਾਂ, ਸਜ਼ਾ ਦੇ ਸਕਦੇ ਹੋ, ਸਜ਼ਾ ਦੇ ਹੱਕਦਾਰ ਹਾਂ। ਸਿੱਖ ਸਮੀਪ ਸਭ ਹੀ ਸੁਣ ਕਰਕੇ ਹਰਖੇ ਸਿੱਖੀ ਰੀਤ ਵਿਚਰ ਕੇ। ਸੰਗਤਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ, ਸਤਿਗੁਰੂ ਕਿਰਪਾ ਕਰਕੇ ਦੱਸ ਦਿਓ ਆਪ ਜੀ ਦੀ ਗੁਰਗੱਦੀ ਤੇ ਕੌਣ ਹੋਣਗੇ ਆਉਣ ਵਾਲੇ ਸਮੇਂ। ਕਹਿੰਦੇ ਸਾਰੀ ਸੰਗਤ ਚੁੱਪ ਸੀ, ਭਾਵੁਕ ਸੀ ਸੰਗਤ, ਇੰਨਾ ਪ੍ਰੇਮ ਵੇਗ ਮਨ ਭਰਿਆ ਹੋਇਆ ਸੀ ਸੰਗਤਾਂ ਦਾ, ਤੇ ਇੱਕ ਗੱਲ ਦੀ ਖੁਸ਼ੀ ਸੀ, ਜੋ ਅਸੀਂ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਨੇ ਸਾਨੂੰ ਉਹ ਬਖਸ਼ ਦਿੱਤਾ ਹੈ, ਉਹ ਵਿਖਾ ਦਿੱਤਾ ਏ। ਪਰਮ ਪ੍ਰਸੰਨ ਭਈ ਗੁਰ ਪੂਰੇ, ਗੁਰ ਤਾ ਉਚਿਤ ਲਖੇ ਗੁਣ ਰੂਰੇ। ਇਸੇ ਵਕਤ ਫੜੇ ਕੋਲ ਖੜ ਕੇ ਜਿੱਥੇ ਢਾਇਆ ਪਿਆ ਸੀ ਗੁਰੂ ਅਮਰਦਾਸ ਮਹਾਰਾਜ ਨੇ ਕਲਾਵਾ ਖੋਲਿਆ, ਦੋਵੇਂ ਹੱਥਾਂ ਵਿੱਚ ਰਾਮਦਾਸ ਦੀਆਂ ਨੂੰ ਗਲਵਕੜੀ ਚਲਾ ਲਿਆ। ਉਹ ਰੋਏ ਬਹੁਤ ਰਾਮਦਾਸ, ਅਥਰੂ ਸੀ ਨੇਤਰਾਂ ਚ, ਮਨ ਚ ਵਰਾਗ ਸੀ, ਪਾਤਸ਼ਾਹ ਮੈਂ ਤੇ ਗੁਨਾਹਗਾਰ ਹਾਂ, ਮੇਰੀ ਤੇ ਸਜ਼ਾ ਹੋਣੀ ਚਾਹੀਦੀ, ਮੈਂ ਤੇ ਅਪਰਾਧ ਕੀਤਾ, ਮੈਨੂੰ ਤੇ ਚਰਨਾਂ ਦੀ ਥਾਂ ਮਿਲਣੀ ਚਾਹੀਦੀ ਹੈ। ਪਰ ਸਤਿਗੁਰਾਂ ਘੁੱਟ ਕੇ ਗਲ ਨਾਲ ਲਾਇਆ ਤੇ ਸੰਗਤਾਂ ਨੂੰ ਸਮਝ ਆ ਗਿਆ ਇਹੀ ਚੌਥੇ ਹੋਣਗੇ ਗੁਰਗੱਦੀ ਦੇ ਮਾਲਕ। ਆਖੋ ਸਤਨਾਮ, ਕਿਉਂਕਿ ਨਿਮਰਤਾ ਹੀ ਬੜੀ ਵੱਡੀ ਸੀ, ਨਿਰਮਾਣਤਾ ਹੀ ਬਹੁਤ ਵੱਡੀ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਜੇ ਦਰ ਦੀ ਜੇ ਨਿਮਰਤਾ ਵੇਖਣੀ ਹੈ ਨਾ, ਅੱਜ ਵੀ ਚਲੇ ਜਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅਗਦੀ ਨਿਮਰਤਾ। ਜਦ ਤੁਸੀਂ ਦਰਬਾਰ ਸਾਹਿਬ ਦੀ ਦਹਿਲੀਜ਼ ਵੱਲ ਜਾਓਗੇ ਸਰੋਵਰ ਸਾਹਿਬ, ਉਹ ਨਿਮਰਤਾ ਦੇ ਰੂਪ ਵਿੱਚ ਤੁਹਾਨੂੰ ਪੌੜੀਆਂ ਉਤਰਨੀਆਂ ਪੈਂਦੀਆਂ ਨੇ। ਅੰਦਰ ਦੁਨੀਆਂ ਦਾ ਕੋਈ ਵੀ ਆਰਕੀਟੈਕਟ ਹੋਵੇ, ਉਹ ਬਿਲਡਿੰਗ ਨੂੰ ਕਿਸੇ ਇਮਾਰਤ ਨੂੰ ਇਸ ਹਿਸਾਬ ਨਾਲ ਬਣਾਉਂਦਾ ਹੈ ਵੀ ਆਉਣ ਵਾਲੇ 20-25-30-40 ਸਾਲਾਂ ਵਿੱਚ ਵੀ ਸਾਡਾ ਘਰ ਨਵੀਂ ਵਾ। ਪਰ ਉਹ ਘਰ ਐਸਾ ਨਿਮਰਤਾ ਦਾ ਘਰ ਹੈ, ਅੱਜ ਵੀ ਕੋਈ ਚੜ੍ਹ ਕੇ ਜਾਂਦਾ ਲੱਥ ਕੇ ਆਉਂਦਾ ਤੇ ਹਰ ਸ਼ਖਸ ਨੂੰ ਉਹ ਪੌੜੀਆਂ ਸਿਖਾਉਂਦੀਆਂ ਨੇ। ਬੰਦਿਆ ਜੇ ਰੱਬ ਦੇ ਘਰ ਜਾਣਾ ਇਹਨਾਂ ਪੌੜੀਆਂ ਤੋਂ ਸਿੱਖ ਲਾ ਨੀਵਾਂ ਹੋ ਗਿਆ ਜੀ। ਆਖੋ ਸਤਨਾਮ, ਉਹ ਨਿਮਰਤਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਤੇ ਦਰਦੀ ਹੈ। ਅਸੀਂ ਹਜ਼ਾਰਾਂ ਵਾਰ ਗਏ, ਸਾਡੇ ਅੰਦਰ ਉਹ ਹੋਵੇ ਨੀ ਡਰਦੀ, ਸਾਨੂੰ ਤੇ ਯਾਤਰਾ ਦਾ ਹੀ ਮਾਣ ਹੋ ਜਾਂਦਾ ਵੀ ਮੈਂ ਲੈ ਗਿਆ, ਸਾਨੂੰ ਤੇ ਦਰਸ਼ਨ ਕਿਰਾਏ ਦਾ ਹੀ ਮਾਣ ਹੋ ਜਾਂਦਾ ਵੀ ਮੈਂ ਕਰਾਉਂਦਾ, ਸਾਡਾ ਤੇ ਪਰਿਵਾਰ ਬੜੇ ਸਮੇਂ ਤੋਂ ਜਾਂਦਾ। ਪਰ ਨਹੀਂ, ਉਹਨਾਂ ਪੌੜੀਆਂ ਵਿੱਚ ਜਾ ਕੇ ਇਹ ਨਿਮਰਤਾ ਸਿੱਖਣੀ ਆ। ਵੇਖੋ ਕਿੱਡਾ ਵੱਡਾ ਘਰ ਤੇ ਕਿੰਨਾ ਨੀਵਾਂ ਸ਼ਹਿਰ ਦੇ ਨਾਲੋਂ ਕਿੰਨਾ ਨੀਵਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਪਰ ਉੱਥੇ ਆਉਂਦਾ ਕੌਣ ਹੈ? ਦੁਨੀਆਂ ਵਿੱਚ ਵੱਡੇ ਤੋਂ ਵੱਡਾ ਕਹਾਉਣ ਵਾਲਾ ਵੀ ਉਹਨਾਂ ਪੌੜੀਆਂ ਨੂੰ ਉਤਰ ਕੇ ਉਸ ਧਰਤੀ ਨੂੰ ਚੁੱਕਦਾ ਹੈ। ਇਹ ਨਿਰਮਾਣਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ, ਇਹ ਨਿਮਰਤਾ ਹੈ ਉਹਨਾਂ ਦੀ ਵੀ ਉਹਨਾਂ ਦੇ ਦਰ ਤੇ ਕੋਈ ਵੀ ਆਵੇ ਆਵੇ ਨੀਵਾਂ ਹੋਵੇ, ਤੇ ਕਿਉਂਕਿ ਆਪ ਨਿਮਰਤਾ ਰੱਖਦੇ ਸੀ। ਸਤਿਗੁਰਾਂ ਨੇ ਬੜਾ ਮਾਣ ਬਖਸ਼ਿਆ, ਸੰਗਤ ਬੜੀ ਪ੍ਰਸੰਨ ਹੈ, ਗੁਰੂ ਅਮਰਦਾਸ ਮਹਾਰਾਜ ਥਾਪੜਾ ਦੇ ਕੇ ਬੜੇ ਖੁਸ਼ ਹੋਏ। ਸਭਨ ਸੁਨਾਵਤ ਬਾਕ ਅਲਾਵੇਂ, ਇਸ ਕੀ ਸੇਵਾ ਮੇ ਮਨ ਭਾਵੇ। ਸਤਿਗੁਰਾਂ ਨੇ ਭਰੀ ਸੰਗਤ ਵਿੱਚ ਆਖਿਆ ਇਹਨਾਂ ਦੀ ਸੇਵਾ ਵਿੱਚ ਅਸੀਂ ਵਸਦੇ ਹਾਂ। ਆਖੋ ਸਤਨਾਮ, ਭਾਵੇਂ ਗੁਰੂ ਸਾਹਿਬ ਨੇ ਤੇ ਬੜੀ ਦੇਰ ਤੋਂ ਪਰਖਿਆ ਹੋਇਆ, ਬੜੀ ਵਾਰ ਪਰਖਿਆ ਹੈ, ਪਰ ਸੰਗਤ ਦਾ ਇੱਕ ਭਰਮ ਸੀ, ਮਾਰਗ ਸਮਝ ਹੀ ਨਹੀਂ ਆਉਂਦੀ ਵੀ ਦੋਨੋਂ ਰਾਮਾ ਜੀ ਤੇ ਰਾਮਦਾਸ ਜੀ ਸੇਵਾ ਇੱਕੋ ਜਿਹੀ ਕਰਦੇ, ਪਿਆਰ ਦੋਨਾਂ ਨੂੰ ਬਰਾਬਰ ਹੈ, ਵੀ ਗੁਰਗੱਦੀ ਤੇ ਦੋ ਤਾਂ ਲੈ ਨਹੀਂ ਸਕਦੇ।
ਕੋਈ ਇੱਕ ਦੇ ਹੋਊਗਾ। ਸਤਿਗੁਰੂ ਕਹਿੰਦੇ ਇਹਨਾਂ ਨੇ ਕਰ ਕਰ ਸੇਵਾ ਮੈਨੂੰ ਮੇਰੇ ਤੋਂ ਹੋ ਲਿਆ। ਕਿੱਡੀ ਵੱਡੀ ਨਿਮਰਤ ਹੈ, ਮਨੁੱਖ ਕਿਤੇ ਪ੍ਰਸੰਨ ਹੁੰਦਾ ਹੈ ਜੋ ਇਨਸਾਨ ਬਿਨਾਂ ਲਾਲਚ ਤੋਂ ਤੁਹਾਨੂੰ ਸਤਿਕਾਰ ਦੇਵੇ, ਤੁਹਾਡੀ ਸੇਵਾ ਕਰੇ। ਉਹਦੀ ਸੇਵਾ ਚ ਕੋਈ ਲਾਲਚ ਨੀ, ਨਾ ਕਿਸੇ ਪ੍ਰੋਪਰਟੀ ਦਾ, ਨਾ ਕਿਸੇ ਪਦਾਰਥ ਦਾ, ਨਾ ਕਿਸੇ ਵਸਤੂ ਦਾ। ਬਿਨਾਂ ਲਾਲਚ ਤੋਂ ਤੁਹਾਨੂੰ ਪ੍ਰੇਮ ਕਰਦਾ ਹੈ, ਬਿਨਾਂ ਲਾਲਚ ਤੋਂ ਤੁਹਾਡਾ ਕਹਿਣਾ ਮੰਨਦਾ ਹੈ, ਬਿਨਾਂ ਲਾਲਚ ਤੋਂ ਤੁਹਾਨੂੰ ਆਪਣਾ ਜ਼ਿੰਦਗੀ ਦਾ ਸਮਾਂ ਦੇ ਰਿਹਾ ਹੈ। ਤੇ ਸੱਚੀ ਗੱਲ ਹੈ, ਉਹ ਇਨਸਾਨ ਨੂੰ ਤੁਸੀਂ ਕੀ ਦੇ ਸਕਦੇ ਹੋ? ਕੁਛ ਨਹੀਂ ਦੇ ਸਕਦੇ, ਕੱਖ ਵੀ ਨਹੀਂ ਅਸੀਂ ਦੇ ਸਕਦੇ। ਕਿਉਂਕਿ ਦੁਨੀਆਂ ਦੇ ਵਿੱਚ ਜੇ ਧੀ ਪੁੱਤ ਸੇਵਾ ਕਰਦੇ, ਉਹਨਾਂ ਨੂੰ ਪਤਾ ਮਾਂ ਬਾਪ ਕੋਲ ਪ੍ਰੋਪਰਟੀ ਵੱਡੀ ਹੈ, ਆ ਕਰਦੇ। ਜਿਹਦੇ ਮਾਂ ਬਾਪ ਦੇ ਪੱਲੇ ਕੱਖ ਨਾ ਹੋਵੇ ਤੇ ਉਹਦੀ ਔਲਾਦ ਵੀ ਕਹਿਣਾ ਨਹੀਂ ਮੰਨਦੀ। ਪਰ ਵੇਖੋ ਰਾਮਦਾਸ ਮਹਾਰਾਜ ਨਿਮਰਤਾ ਦੀ ਸੇਵਾ ਕਰਦੇ ਆ, ਕਦੇ ਕੁਛ ਚਾਹਿਆ ਹੀ, ਕਦੇ ਕੁਛ ਮੰਗਿਆ ਹੀ ਨਹੀਂ। ਤੇ ਸਤਿਗੁਰੂ ਕਹਿੰਦੇ ਇਹਨਾਂ ਨੇ ਸੇਵਾ ਕਰਕੇ ਮੈਨੂੰ ਮੇਰੇ ਤੋਂ ਹੋ ਰਿਹਾ। ਬੜਾ ਵੱਡਾ ਵਚਨ ਹੈ, ਮੇਰੇ ਤੋਂ ਹੋਣ ਦਾ ਭਾਵ ਕੀ ਹੈ? ਵੀ ਇਹ ਕਦੇ ਸਾਡੇ ਅਨੁਸਾਰ ਸੀ, ਹੁਣ ਤੋਂ ਅਸੀਂ ਇਹਨਾਂ ਦੇ ਅਨੁਸਾਰ। ਸਤਨਾਮ, ਇਹ ਮੇਰਾ ਰੂਪ ਨੇ, ਇਹਨਾਂ ਤੇ ਮੇਰੇ ਚ ਫਰਕ ਕੋਈ ਨਹੀਂ। ਆਪਾ ਕਬਿਉ ਨ ਕਰੇ ਜਨਾਵਨ, ਨਿਸ ਦਿਨ ਪ੍ਰੇਮ ਭਗਤ ਮੇ ਪਾਵਨ। ਭਾਈ ਇਹਨਾਂ ਵਿੱਚ ਪ੍ਰੇਮ ਤੇ ਭਗਤੀ ਆ, ਕਦੇ ਇਹਨਾਂ ਨੇ ਆਪਾਂ ਨੀ ਜਣਾਇਆ, ਕਦੇ ਇਹ ਨੀ ਕਿਹਾ ਵੀ ਫੜਾ ਮੈਂ ਬਣਾਇਆ। ਕਿੱਡੀ ਵੱਡੀ ਸੇਵਾ ਬਾਉਲੀ ਸਾਹਿਬ ਦੀ ਜੀ, ਸਾਰੀ ਸੇਵਾ ਦੇ ਵਿੱਚ ਟੋਕਰੇ ਚੱਕਣੇ, ਸੰਗਤਾਂ ਦੇ ਕਈਆਂ ਇਕੱਠੀਆਂ ਕਰਨੀਆਂ, ਤੇ ਸੰਗਤਾਂ ਨੂੰ ਭੋਜਨ ਵੀ ਛਕਾਉਣਾ, ਲੰਗਰ ਵਿੱਚ ਜੂਠੇ ਬਰਤਨ ਵੀ ਮੰਗਣੇ। ਦੱਸੋ ਦੁਨੀਆਂ ਤੇ ਕਿਹੜਾ ਜਵਾਈ ਆ ਜੀ ਜਿਹੜਾ ਆਪਣੇ ਭਾਂਡੇ ਆਪ ਜੂਠਦਾ ਹੋਵੇ, ਸਹੁਰੇ ਘਰ। ਪਰ ਇਹ ਨਿਮਰਤਾ ਸੀ ਗੁਰੂ ਰਾਮਦਾਸ ਮਹਾਰਾਜ ਦੀ, ਜਿਸ ਘਰ ਵਿੱਚ ਰਹੇ ਸੇਵਕਾਂ ਦੇ ਸੇਵਕ ਬਣ ਕੇ, ਸੰਗਤ ਦੇ ਸੇਵਕ। ਗੁਰੂ ਸਾਹਿਬ ਦੀ ਸੇਵਾ ਨਾਲੋਂ ਵੱਧ ਸੰਗਤ ਦੀ ਸੇਵਾ ਕਰਦੇ ਸੀ, ਤੇ ਉਹ ਸੇਵਾ ਤੋਂ ਸਤਿਗੁਰੂ ਬੜੇ ਪ੍ਰਸੰਨ ਸੀ। ਵੀ ਇਹਨਾਂ ਕਦੇ ਆਪਾਂ ਜਿਤਾਏ ਨੀ, ਕਦੇ ਕਿਹਾ ਨੀ ਮੈਂ ਜਥੇਦਾਰ, ਕਦੇ ਕਿਹਾ ਨੀ ਸੰਗਤ ਮੇਰਾ ਸਤਿਕਾਰ ਕਰਦੀ ਹੈ। ਸੰਗਤਾਂ ਆਰਾਮ ਕਰਦੀਆਂ ਸੀ, ਰਾਤ ਭਰ ਸਫਾਈਆਂ ਕਰਦੇ ਹੁੰਦੇ ਸੀ। ਨਾਲ ਕੌਣ ਸੀ? ਉਹਨਾਂ ਦੇ ਧਰਮ ਪਤਨੀ ਬੀਬੀ ਬਾਣੀ ਸੀ। ਕਦੇ ਪੜਿਓ ਸੇਵਾ, ਗੁਰੂ ਪੁੱਤਰੀ ਹੋ ਕੇ ਸਾਰੀ ਸਾਰੀ ਰਾਤ ਸੰਗਤਾਂ ਵਾਸਤੇ ਭੋਜਨ ਬਣਾਉਣਾ, ਆਟਾ ਗੁੰਨਣਾ, ਇਹ ਧੰਨ ਮਾਤਾ ਭਾਨੀ ਦੇ ਹੀ ਸੇਵਾ ਹੈ। ਕਿੱਡੀ ਵੱਡੀ ਫਿਰ ਕਿਰਪਾ ਉਹਨਾਂ ਤੇ ਹੈ। ਪਿਤਾ ਗੁਰੂ, ਪਤੀ ਗੁਰੂ, ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਗੁਰੂ, ਫਿਰ ਪੋਤਰੇ ਗੁਰੂ, ਅੱਗੇ ਸਾਰੀ ਵੰਸ਼ ਚੱਲੀ ਆ ਰਹੀ ਹੈ। ਇਹ ਬਲ ਮਿਲਿਆ ਕਿੱਥੋਂ? ਇਸ ਘਰ ਤੋਂ ਮਿਲਿਆ ਗੋਇੰਦਵਾਲ ਸਾਹਿਬ, ਜੋ ਸਿੱਖੀ ਦਾ ਧੁਰਾ ਹੈ। ਸੁਣ ਸਭ ਸਿੱਖਿਆਂ ਸੰਸੈ ਖੋਵਾ, ਗੁਰਤਾ ਉਚਿਤ ਭਲੇ ਇਹ ਜੋਵਾ। ਸਾਰੀਆਂ ਸੰਗਤਾਂ ਦੇ ਮਨ ਦਾ ਭਰਮ ਚਲੇ ਗਿਆ, ਗੱਲ ਸਮਝ ਆ ਗਈ ਵੀ ਤਖਤ ਦੇ ਲਾਇਕ ਨੇ ਰਾਮਦਾਸ ਮਹਾਰਾਜ। ਪਰ ਕਦੇ ਉਹਨਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਇਸ ਗੱਡੀ ਕੀ ਹੋਵੇਗੀ। ਆਪਣੇ ਆਪ ਨੂੰ ਸੰਗਤਾਂ ਤੋਂ ਵੀ ਨੀਵਾਂ ਰੱਖਦੇ ਸੀ, ਬੜੀ ਨਿਰਵਾਣਤਾ ਬੜੀ ਨਿਮਰਤਾ ਕਰਿੰਦੇ ਸੀ। ਗੁਰੂ ਪਾਤਸ਼ਾਹ ਦੇ ਸਾਹਮਣੇ ਆਉਣਾ ਕਦੇ ਅੱਖਾਂ ਨਹੀਂ ਸੀ ਝੁਕਦੇ, ਇੰਨਾ ਭੈ ਆਉਂਦਾ ਸੀ, ਇੰਨਾ ਡਰ ਆਉਂਦਾ ਸੀ। ਵੇਖਿਓ ਕਿਤੇ ਮਨ ਚ ਕੋਈ ਫੁਰਨਾ ਨਾ ਜੇ, ਕੋਈ ਭਰਮ ਨਾ ਜਾਗ ਜੇ। ਅੱਜ ਸਤਿਗੁਰੂ ਪ੍ਰਸੰਨ ਹੋ ਕੇ ਆਖਦੇ, ਕਹਿੰਦੇ ਇਹਨਾਂ ਦੀ ਸੇਵਾ ਤੁਸੀਂ ਪ੍ਰਸੰਨ ਆ। ਸੇਵਾ ਉਹਨਾਂ ਦੀ ਕੀਤੀ ਆ ਰਾਮਾ ਜੀ ਨੇ, ਪਰ ਮਰਦ ਕਹਿੰਦੇ ਇਹਨਾਂ ਦੀ ਸੇਵਾ ਵਿੱਚ ਪ੍ਰੇਮ ਹੈ। ਇਹਨਾਂ ਦਾ ਲਗਾਵ ਥੜੇ ਨਾਲ ਨਹੀਂ ਸੀ, ਇਹਨਾਂ ਦਾ ਲਗਾਵ ਮੇਰੇ ਚਰਨਾਂ ਨਾਲ ਸੀ। ਆਖੋ ਸਤਨਾਮ, ਵਸਤੂ ਨਾਲ ਪਿਆਰ। ਭਾਈ ਰਾਮਾ ਜੀ ਦਾ ਲਗਾਵ ਕਿਹਦੇ ਨਾਲ ਸੀ? ਉਹਨਾਂ ਨੂੰ ਲੱਗਦਾ ਸੀ ਮੈਂ ਮਿਸਤਰੀਆਂ ਨਾਲ ਸੇਵਾ ਕਰਦੇ ਹਾਂ, ਮੈਂ ਤੇ ਥੋੜਾ ਬਹੁਤ ਸੋਹਣਾ ਬਣਾਇਆ, ਆਪਣੀ ਬੁੱਧ ਨਾਲ ਬਣਾਇਆ, ਆਪਣੀ ਅਕਲ ਨਾਲ ਤਿੰਨੀ ਵਾਰ ਬਣਾਇਆ, ਪਰ ਮਹਾਰਾਜ ਨੂੰ ਸਮਝ ਨਹੀਂ ਆਉਂਦੀ ਮੈਂ ਤੇ ਸਹੀ ਕੀਤਾ।
ਰਾਮਦਾਸ ਜੀ ਨੇ ਇੱਕ ਵਾਰ ਵੀ ਨਹੀਂ ਕਿਹਾ, ਭਾਵੇਂ ਸਭ ਕੁਝ ਸਹੀ ਸੀ, ਜਾਣਦੇ ਸੀ ਮਨਾਂ ਤੇ ਇੱਥੋਂ ਗਲਤੀ ਹੋ ਗਈ ਹੋਣੀ। ਤਾਂ ਹੀ ਸਤਿਗੁਰੂ ਕਹਿੰਦੇ ਆ ਨਾ, ਜੇ ਗੁਰੂ ਪਿਆਰੇ ਤੈਨੂੰ ਆ ਕੇ ਆਖਦੇ ਢਾ ਦੇ ਤੇ ਢਾ ਦੇ, ਤੇਰਾ ਕੀ ਗੱਲ ਹੈ। ਮਤਲਬ ਸਿਆਣਪ ਨਹੀਂ ਸੀ, ਹੌਲੇ ਨਹੀਂ ਸੀ। ਸਤਿਗੁਰੂ ਕਹਿੰਦੇ ਇਹਨਾਂ ਦਾ ਪ੍ਰੇਮ ਕੇਵਲ ਮੇਰੇ ਨਾਲ ਹੈ। ਬਾਕਣ ਤੇ ਪਛਾਣ ਕਰ ਲੀਨੇ, ਆਪਾ ਜੁਤਿਆ ਆਪਾ ਹੀ ਨੇ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਆਪਾ ਨਿਮਰਤਾ ਵਿੱਚ ਖੋਲਿਆ, ਭਾਈ ਸਭ ਕੁਝ ਉਹਨਾਂ ਨੇ ਪਾ ਲਿਆ। ਆਪਾ ਗਵਾਉਣ ਵਾਲਿਆਂ ਨੂੰ ਸਭ ਕੁਝ ਮਿਲਿਆ। ਸਿੱਖ ਧਰਮ ਵਿੱਚ ਵੱਡੇ ਵੱਡੇ ਸਾਧੂ ਹੋਏ, ਸੰਤ ਹੋਏ, ਮਹਾਤਮਾ ਹੋਏ, ਵੱਡੇ ਕਦੋਂ ਹੋਏ? ਜਿੱਦਣ ਉਹਨਾਂ ਨੇ ਆਪਾ ਗਵਾ ਕੇ ਕਿਹਾ ਹੋਇਆ ਸੀ ਤੇ ਝੱਲੇ ਗਵਲੇ ਆ, ਸਤਨਾਮ ਸਾਡਾ ਕੁਝ ਨੀ, ਸਭ ਕੁਝ ਗੁਰੂ ਗ੍ਰੰਥ ਸਾਹਿਬ ਵੱਲ, ਸਭ ਕੁਝ ਉਸ ਗੁਰੂ ਨਾਨਕ ਪਾਤਸ਼ਾਹ ਦਾ ਏ, ਪੂਜਨੀ ਕੋਲ ਨੇ। ਤੇ ਸਾਡੇ ਵਰਗੇ ਤੇ ਲੜਦੇ ਫਿਰਦੇ ਆ, ਮੇਰੀ ਗੱਡੀ, ਮੇਰੀ ਕਾਰ, ਮੇਰਾ ਜਥਾ, ਮੇਰਾ ਫਲਾਣਾ, ਮੇਰੀ ਉਹ, ਅਸੀਂ ਭਰਮਾ ਚਾਹਨਾ। ਜਦ ਤੱਕ ਮੈਂ ਮੇਰੀ ਤੋਂ ਮਨੁੱਖ ਦੂਰ ਨਹੀਂ ਹੋ ਸਕਦਾ, ਉਦੋਂ ਤੱਕ ਸਿੱਖ ਨਹੀਂ ਬਣ ਸਕਦਾ, ਤੇ ਜਦੋਂ ਤੱਕ ਸਿੱਖ ਨਹੀਂ ਬਣਦਾ ਤੇ ਉਦੋਂ ਤੱਕ ਉਹ ਗੁਰੂ ਦਾ ਖਾਸ ਨਹੀਂ ਹੋ ਸਕਦਾ। ਮਹਾਰਾਜ ਨੇ ਕੀ ਕਿਹਾ, ਗੁਰੂ ਕਲਗੀਧਰ ਜੀ ਨੇ, ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਨਾ ਹੋਈ। ਕਹਿੰਦੇ ਮੇਰਾ ਖਾਸ ਖਾਲਸਾ ਉਹ ਕਹਾਏਗਾ ਜਿਹਦੇ ਅੰਦਰ ਭਰਮ ਨਾ ਹੋਵੇ, ਡਰ ਨਾ ਹੋਵੇ, ਸ਼ੰਕਾ ਨਾ ਹੋਵੇ, ਕੇਵਲ ਆਪਣੇ ਗੁਰੂ ਤੇ ਅਕੀਦਾ ਹੋਵੇ। ਗੁਰ ਮੇਰਾ ਸੰਗ ਸਦਾ ਹੈ, ਉਹ ਅਕੀਦਾ ਸੀ, ਉਹ ਭਰੋਸਾ ਸੀ ਰਾਮਦਾਸ ਜੀਆਂ ਦਾ। ਸਤਿਗੁਰੂ ਕਹਿੰਦੇ ਸਾਡੀ ਗੁਰਗੱਦੀ ਦੇ ਚੌਥੇ ਵਾਰਸ ਇਹ ਆਪ ਹੋਣਗੇ। ਸਤਿਗੁਰ ਨਿਜ ਸਥਾਨ ਕੋ ਆਏ, ਸਿੱਖ ਸੰਗ ਜੇ ਤਿਨੋ ਸੁਣਾਏ। ਸਤਿਗੁਰੂ ਜੀ ਸੰਗਤਾਂ ਨੂੰ ਇਹਨਾਂ ਬਚਨ ਕਹਿ ਕੇ ਆਪਣੇ ਨਿਜ ਸਥਾਨ ਤੇ ਆ ਗਏ, ਭਾਵ ਚੁਬਾਰਾ ਸਿੰਘ। ਹੁਣ ਉਮਰ ਭਾਵੇਂ ਸਤਿਗੁਰਾਂ ਦੀ 93-94 ਵਰ੍ਹਿਆਂ ਦੀ ਹੈ, ਇਸ ਉਮਰ ਦੇ ਪੜਾਅ ਦੇ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਚੁਬਾਰਾ ਸਾਹਿਬ ਦੀ ਪੌੜੀ ਚੜ੍ਹਦੇ ਸੀ। ਸਾਰੀ ਸਾਰੀ ਰਾਤ, ਸਾਰਾ ਸਾਰਾ ਦਿਨ ਕੀਲੀ ਨੂੰ ਹੱਥ ਪਾ ਕੇ ਖੜੇ ਹੁੰਦੇ ਸੀ, ਬਦਲੀ ਕਰਦੇ ਸੀ। ਐਡੀ ਤਪੱਸਿਆ ਸੀ ਮਰਦ ਦੀ, ਇੱਥੇ ਤੇ ਕੋਈ ਸਾਡੇ ਵਰਗਾ 60 ਸਾਲਾਂ ਦਾ ਹੋ ਜਾਏ, ਉਹ ਸਿੱਧਾ ਨਹੀਂ ਫਿਰ ਸਕਦਾ। ਉਹਨੂੰ ਇਹ ਲੱਗਣ ਲੱਗ ਜਾਂਦਾ ਸੀ ਬੁੱਢੇ ਹੋ ਗਏ, ਹੁਣ ਬਸ ਸੀ, ਹੁਣ ਤੇ ਅੱਗੇ ਚੱਲਾਂਗੇ, ਅੰਮ੍ਰਿਤ ਛਕ ਲਓ, ਕਹਿੰਦੇ ਅੱਗੇ ਵੇਖਾਂਗੇ, ਭਾਈ ਫਲਾਣਾ ਕੰਮ ਕਰ ਨਾ ਲੈ, ਹੁਣ ਕੀ ਰਹਿ ਗਿਆ ਜ਼ਿੰਦਗੀ ਚ ਅੱਗੇ। ਮੈਂ ਕਿਹਾ ਅੱਗੇ ਤੇ ਧਰਮਰਾਜ ਖੰਡਾ ਬਾਟਾ ਲਈ ਬੈਠਾ ਰਹੇ, ਅੱਗੇ ਤੇ ਉਹਨੇ ਤੁਹਾਨੂੰ ਸਾਰੀਆਂ ਸੁਵਿਧਾ ਦਿੱਤੀਆਂ ਹੋਈਆਂ ਵੀ ਆਹ ਮਾਸਟਰ ਕਾਰਡ ਬਣਾ ਕੇ ਆ ਜਾ ਮੇਰੇ ਕੋਲ, ਤੈਨੂੰ ਘੁਮਾਉਂ। ਪਤਾ ਨੀ ਬੰਦਾ ਕਿਹੜੇ ਭਰਮਾਂ ਚ। ਵੇਖੋ ਬਜ਼ੁਰਗ ਹੋ ਕੇ ਅਵਸਥਾ ਦੇ ਵਿੱਚ ਸਤਿਗੁਰੂ ਸਾਰੀ ਸਾਰੀ ਰਾਤ ਬੰਦਗੀ ਕਰਦੇ ਰਹਿੰਦੇ ਸੀ। ਅੱਜ ਵੀ ਆਪ ਜੀ ਗੋਇੰਦਵਾਲ ਸਾਹਿਬ ਜਾਂਦੇ ਹੋ, ਚੁਬਾਰਾ ਸਾਹਿਬ ਦੇ ਵਿੱਚ ਤੁਹਾਨੂੰ ਉਹ ਕਿੱਲੀ ਉਸੇ ਤਰ੍ਹਾਂ ਲੱਗੀ, ਸੁਭਾਏਮਾਨ ਮਿਲੇਗੀ, ਜਿਸ ਕਿੱਲੀ ਨੂੰ ਹੱਥ ਪਾ ਕੇ ਮੇਰੇ ਸਤਿਗੁਰੂ ਖੜਦੇ ਸੀ। ਦੱਸਿਆ ਬੁਢਾਪਾ ਸਿੱਖਾ ਤੇਰੇ ਤੇ ਕਦੇ ਨੀ ਆਉਂਦਾ, ਇਹ ਇੱਕ ਉਮਰ ਦਾ ਪੜਾਅ ਏ। ਬਾਣੀ ਲਿਖਦੀ ਆ ਨਾ, ਗੁਰਮੁਖ ਬੁੱਢੇ ਕਦੇ ਨਾਹੀ। ਕਿਹੜੇ ਬੁੱਢੇ ਨੀ ਭਾਈ ਗੁਰਮੁਖ? ਜਿਹਨਾਂ ਅੰਤਰ ਸੁਰਤ ਗਿਆਨ, ਜਿਹਨਾਂ ਅੰਦਰ ਬੰਦਗੀ ਆ, ਉਹ ਕਦੇ ਬੁੱਢੇ ਨੀ ਹੁੰਦੇ। ਬੁਢਾਪਾ ਕਦੇ ਮਾਤ ਨੀ ਉਹਨਾਂ ਨੂੰ ਪਾਉਂਦਾ, ਤੇ ਦੁਨਿਆਵੀ ਬੰਦੇ ਤੇ ਜਵਾਨੀ ਚ ਬੁੱਢੇ ਹੋ ਜਾਂਦੇ ਆ, ਸੁਰਤ ਬੁੱਢੀ ਨੀ ਹੁੰਦੀ ਬੰਦਗੀ ਵਾਲੇ। ਗੁਰੂ ਸਾਹਿਬ ਨੇ ਨਿੱਜ ਸਥਾਨ ਤੇ ਆ ਕੇ ਚੰਬੜਾ ਲਾ ਲਿਆ, ਬੰਦਗੀ ਕਰਦੇ ਆ, ਕਦੇ ਵੀ ਥੱਕ ਜਾਂਦੇ ਆ, ਨੀਂਦ ਦਾ ਝੋਕਾ ਆਵੇ ਤੇ ਸਤਿਗੁਰੂ ਕਿੱਲੀ ਨੂੰ ਹੱਥ ਪਾ ਲੈਂਦੇ ਆ। ਇੱਕ ਸਹਾਰਾ ਲੈ ਕੇ ਉਸ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਕੁਛ ਘੜੀ ਲਈ ਸਮਾਉਂਦੇ ਹਨ। ਰਾਮਦਾਸ ਹੈ ਪੁਰਖ ਮਹਾਨੇ, ਇਸਕੇ ਸੰਗ ਤਰੇ ਨਰ ਜਨੇ। ਸਤਿਗੁਰਾਂ ਨੇ ਅੱਜ ਨਿੱਜ ਸਥਾਨ ਤੇ ਬੈਠ ਕੇ ਸੰਗਤਾਂ ਨੂੰ ਆਖਿਆ, ਰਾਮਦਾਸ ਇੱਕ ਐਸੇ ਪੁਰਖ ਹੋਣਗੇ
ਜਿਨ੍ਹਾਂ ਨੇ ਜਾਗਰ ਉਤਾਰ ਦੇਣਾ ਆਖੋ ਸਤਨਾਮ। ਬਾਣੀ ਦਾ ਫੈਸਲਾ ਨਾ, ਗੁਰਬਾਣੀ ਨੇ ਲਿਖਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ। ਜਿਨ੍ਹਾਂ ਜਿਨ੍ਹਾਂ ਨੇ ਯਾਦ ਕੀਤਾ, ਚੇਤੇ ਕੀਤਾ ਗੁਰੂ ਰਾਮਦਾਸ ਪਾਤਸ਼ਾਹ ਨੂੰ, ਅੱਡੇ ਡਾਢੇ ਨੇ ਔਗਣ ਦੀ ਪੁੱਛਦੇ ਘਰ ਆਇਆ ਨੂੰ ਕੀ ਗਲਤੀ ਕਰਕੇ ਆਇਆ, ਕਿਉਂ ਆਇਆ, ਜਿਹੜਾ ਵੀ ਆਇਆ ਝੋਲੀਆਂ ਭਰ ਕੇ ਕਹਿੰਦੇ ਜਾ ਖੁਸ਼ ਰਿਹਾ ਰੋਇਆ। ਇਹ ਵਡਿਆਈ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ, ਇਹ ਵਡਿਆਈ ਆਪਾਂ ਖੋ ਕੇ ਪ੍ਰਾਪਤ ਹੋਈ। ਗੁਰੂ ਅਮਰਦਾਸ ਮਹਾਰਾਜ ਨੇ ਇਹ ਵਰ ਬਖਸ਼ੇ ਨੇ, ਵਰਿੰਦਨ ਕੋ ਕਰਤਾ ਕਲਿਆਣ, ਬਸੀ ਕਰਿਓ ਮੁਝ ਸੇਵਾ ਥਾਨ। ਅੱਜ ਗੁਰੂ ਰਾਮਦਾਸ ਸਤਿਗੁਰੂ ਕੋਲ ਨਹੀਂ ਬੈਠੇ, ਮਹਾਰਾਜ ਸੰਗਤਾਂ ਨੂੰ ਆਖ ਰਹੇ ਨੇ, ਕਹਿੰਦੇ ਇਹਨਾਂ ਨੇ ਮੈਨੂੰ ਆਪਣੇ ਵਸ ਕਰ ਲਏ, ਪ੍ਰੇਮ ਦੇ ਵਸ। ਸੁਭਾਗਤ ਹੈ ਸਾਨੂੰ ਸਾਡੇ ਪਰਿਵਾਰ ਵਿੱਚੋਂ, ਮਿੱਤਰਾਂ ਦੋਸਤਾਂ ਚ ਕੋਈ ਅਨਕੰਡੀਸ਼ਨਲ ਪਿਆਰ ਕਰਦਾ ਹੋਵੇ। ਅਨਕੰਡੀਸ਼ਨਲ ਤੋਂ ਭਾਵ ਵੀ ਕੋਈ ਸਰਹੱਦ ਨਹੀਂ, ਕੋਈ ਸੀਮਾ ਨਹੀਂ, ਕੋਈ ਲਾਲਚ ਨਹੀਂ। ਤੁਹਾਡੀ ਇੱਕ ਗੱਲ ਕਹਿਣ ਤੇ ਬੰਦਾ ਆਪਣਾ ਕੰਮ ਛੱਡ ਕੇ ਭਜਿਆ ਜਾਂਦਾ, ਦਿਨ ਰਾਤ ਤੁਹਾਡੇ ਲਈ ਖੜਾ ਹੈ, ਤੁਹਾਨੂੰ ਸਮਝਾਉਂਦਾ। ਉਹਨੂੰ ਕਹਿੰਦੀ ਮੁਹੱਬਤ, ਪ੍ਰੇਮ। ਆਪਾਂ ਖੋ ਕੇ, ਆਪਾਂ ਗਵਾ ਕੇ, ਆਪਣੇ ਸੁੱਖ ਛੱਡ ਕੇ ਕਿਸੇ ਨੂੰ ਸੁੱਖ ਦੇਣਾ। ਤੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸਾਰੇ ਸੁੱਖ ਛੱਡੇ ਹੋਏ ਸੀ, ਸੁੱਖਾਂ ਦੀ ਯਾਦ ਛੱਡੀ ਸੀ, ਸੁੱਖਾਂ ਦੇ ਖਿਆਲ ਛੱਡੇ ਹੋਏ ਸੀ। ਤੇ ਸਤਿਗੁਰੂ ਕਹਿੰਦੇ ਸੀ ਇਹਨਾਂ ਦੇ ਦਰ ਤੇ ਜਿਹੜਾ ਆਊਗਾ ਨਾ, ਰਹਿੰਦੀ ਦੁਨੀਆਂ ਤੱਕ ਉਹ ਸੁਖੀ ਰਹੂਗਾ ਤੇ ਖੁਸ਼ ਰਹੂਗਾ। ਅੱਜ ਵੀ ਜਾ ਕੇ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਾਤ, ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਨਗਰੀ ਵਿੱਚ ਕਿਹੜਾ ਮਨੁੱਖ ਹੈ ਜਿਹੜਾ ਉੱਥੇ ਰੋਗੀ ਹੁੰਦਾ ਹੈ। ਦੁਨੀਆਂ ਦੇ ਰੋਂਦੇ ਲੋਕ ਜਾਂਦੇ ਨੇ, ਇੱਕ ਘੜੀ ਚੌਂਕੜਾ ਲਾ ਕੇ ਬਹਿੰਦੇ ਨੇ, ਮਨ ਬਾਗੋ ਬਾਗ ਹੋ ਜਾਂਦਾ, ਮਨ ਆਨੰਦਿਤ ਹੋ ਜਾਂਦਾ। ਏ ਐਸਾ ਘਰ ਹੈ ਜਿੱਥੇ ਜਾ ਕੇ ਵਾਰ ਵਾਰ ਕਦੇ ਸ਼ਰਮ ਨਹੀਂ ਆਉਂਦੀ, ਸਗੋਂ ਮਾਣ ਹੁੰਦਾ ਵੀ ਹੋਰ ਜਾਈਏ। ਸਤਨਾਮ। ਤੁਸੀਂ ਕਿਸੇ ਦੁਨਿਆਵੀ ਬੰਦੇ ਦੇ ਘਰ ਚਲੇ ਜਾਓ, ਇੱਕ ਵਾਰ ਜਾਓਗੇ, ਦੋ ਵਾਰ ਜਾਓਗੇ, ਮਨ ਕਹਿੰਦਾ ਛੱਡ ਮਨਾ, ਸ਼ਰਮ ਆਉਂਦੀ ਹੋ ਜਾਏ। ਗੁਰੂ ਰਾਮਦਾਸ ਦਾ ਦਰ ਐਸਾ ਹੈ, ਜਦ ਮਰਜ਼ੀ ਆਓ, ਜਦ ਮਰਜ਼ੀ ਜਾਓ, ਉਸ ਘਰ ਜਾ ਕੇ ਮਾਣ ਹੁੰਦਾ, ਇਹ ਮਾਣ ਮਿਲਦਾ ਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਨਾਂ ਦੇ ਦਰ ਤੇ ਰੌਣਕਾਂ ਰਿਹਾ ਕਰਨਗੀਆਂ। ਬਾਣੀ ਦਾ ਵੀ ਫੈਸਲਾ ਹੈ, ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਵੀ ਸਭ ਤੋਂ ਵੱਧ ਵਸੋਂ ਇੱਥੇ ਹੋਏਗੀ, ਸਭ ਤੋਂ ਵੱਧ ਸੰਗਣੀ ਸੰਗਤ ਇੱਥੇ ਆਏਗੀ। ਅੱਜ ਵੀ ਜਾਓ ਕਤਾਰਾਂ ਲੱਗੀਆਂ ਨੇ, ਝੋਲੀਆਂ ਭਰ ਭਰ ਗੁਰੂ ਰਾਮਦਾਸ ਮਹਾਰਾਜ ਸਾਰੀ ਦੁਨੀਆਂ ਨੂੰ ਭੇਜਦੇ ਨੇ। ਚਾਹੇ ਕੋਈ ਅੰਗਰੇਜ਼ੀ ਬੋਲਦਾ, ਇਟਾਲੀਅਨ ਬੋਲਦਾ, ਉਹ ਸਾਡੇ ਲਈ ਔਖਾ ਹੋ ਸਕਦਾ ਨਾ, ਵੀ ਸਾਨੂੰ ਉਹਦੀ ਭਾਸ਼ਾ ਸਮਝ ਨਹੀਂ ਆਉਂਦੀ। ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਿਹੜਾ ਮਰਜ਼ੀ ਆ ਜਾਏ, ਸਤਿਗੁਰੂ ਖਾਲੀ ਨਹੀਂ ਤੋਰਦੇ ਕਿਸੇ, ਸਭ ਦੇ ਦਿਲਾਂ ਦੀਆਂ ਜਾਣਦੇ ਨੇ। ਇਸ ਦੇ ਨਹਿ ਅਦੇ ਕੁਛ ਮੇਰੇ, ਸਭ ਹਨ ਤੇ ਪਦ ਪ੍ਰਾਪਤ ਗੋਰੇ। ਭਰੇ ਦਰਬਾਰ ਚ ਮਰਦ ਕਹਿੰਦੇ ਸਾਰੇ ਗੁਣ ਇਹਨਾਂ ਵਿੱਚ ਨੇ, ਸਰਬ ਗੁਣ ਸੰਪੰਨ ਹਨ ਰਾਮਦਾਸ। ਸਿੱਖੋ ਮੇਰੇ ਕੋਲ ਮੇਰੀ ਇਸ ਗੱਦੀ ਤੋਂ ਬਿਨਾਂ ਕੁਝ ਐਸਾ ਨਹੀਂ ਜੋ ਮੈਂ ਇਹਨਾਂ ਨੂੰ ਸੌਂਪ ਦਿਆਂ। ਸਤਨਾਮ। ਰਿੱਧੀਆਂ ਸਿੱਧੀਆਂ ਰਾਮਦਾਸ ਜੀਆਂ ਕੋਲ ਪਹਿਲਾਂ ਨੇ, ਸਭ ਕੁਝ ਹੁੰਦੇ ਆ, ਕਦੇ ਦੱਸਿਆ ਹੀ ਨਹੀਂ ਕਿਸੇ ਨੂੰ ਮੇਰੇ ਕੋਲ ਸ਼ਕਤੀਆਂ, ਵਰਤੀ ਨਹੀਂ ਹੋਈ। ਸਗੋਂ ਉਹੀ ਕੁੜਤਾ ਪਾ ਕੇ ਦਿਨ ਰਾਤ ਸੇਵਾ ਚ ਲੱਗੇ ਰਹਿੰਦੇ, ਮਿੱਟੀ ਚ ਮਿੱਟੀ ਰਹਿੰਦੇ ਆ। ਸ਼ਾਇਦ ਜੇ ਇਹ ਕਿਤੇ ਰਿੱਧੀਆਂ ਸਿੱਧੀਆਂ ਭਾਈ ਰਾਮਾ ਜੀ ਚ ਆ ਜਾਂਦੀਆਂ, ਵਿਖਾ ਦਿੰਦੇ ਸਾਵਣ ਵੱਲ ਜੀ ਕੋਲ ਆਈਆਂ। ਤੁਸੀਂ ਵੇਖਿਆ ਉਹਨਾਂ ਨੇ ਪਿਛਲੇ ਦੀਵਾਨਾਂ ਤੇ ਸੁਣਿਆ ਕੀ ਨਹੀਂ ਕੀਤਾ, ਜਾਵੇ ਕਿਸੇ ਨੂੰ ਮੁਰਦੇ ਨੂੰ ਜਿਉਂਦਾ ਕਰਤਾ, ਕਿਸੇ ਜਿਉਂਦੇ ਨੂੰ ਮਾਰ ਦਿੱਤਾ, ਕਿਸੇ ਦਾ ਕੁਛ ਕਰਤਾ। ਚਾਰ ਗੱਡੀਆਂ ਸਿੱਧੀਆਂ ਆਈਆਂ, ਉਹਨਾਂ ਵਰਤੀਆਂ ਹਰੀਪੁਰ ਜਾ ਕੇ। ਪਰ ਗੁਰੂ ਰਾਮਦਾਸ ਮਹਾਰਾਜ ਨੇ ਕਦੇ ਕਿਸੇ ਨੂੰ ਅਹਿਸਾਸ ਹੀ ਨਹੀਂ ਕਰਾਇਆ ਵੀ ਸਾਡੇ ਅੱਗੇ ਇੰਨੀਆਂ ਕਰਾਮਾਤਾਂ ਹੁੰਦੀਆਂ। ਉਹਨਾਂ ਨੂੰ ਅਣਡਿੱਡ ਕੀਤਾ, ਇਹ ਸਭ ਕੁਝ ਵੇਖ ਸਤਿਗੁਰੂ ਪ੍ਰਸੰਨ ਸੀ।
ਮਹਾਰਾਜ ਕਹਿੰਦੇ ਸਿੱਖੋ ਇੱਕ ਗੁਰਗੱਦੀ ਤੇ ਇੱਕ ਆਪਾ ਹੀ ਹੈ, ਇਹਨਾਂ ਨੂੰ ਸੌਂਪਣ ਲੱਗੇ ਆ। ਦੋਹਰਾ ਭਗਤ ਖਜ਼ਾਨਾ ਖੁੱਲ ਰਹੋ ਸਤਿਗੁਰ ਕੀ ਦਰਬਾਰ, ਚਾਰ ਪਦਾਰਥ ਸੰਗਤ ਦੇਤ ਲਗਤ ਨਹਿ ਬਾਰ। ਕਹਿੰਦੇ ਭਗਤੀ ਦਾ ਖਜ਼ਾਨਾ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਖੁੱਲਾ ਹੋਇਆ, ਚਾਰ ਪਦਾਰਥ ਦਿੰਦਿਆਂ ਗੁਰੂ ਅਮਰਦਾਸ ਮਹਾਰਾਜ ਦੇਰੀ ਨਹੀਂ ਕਰਦੇ, ਵੱਡੇ ਪੱਧਰ ਤੇ ਸੇਵਾ ਚੱਲ ਰਹੀ ਹੈ ਗੋਇੰਦਵਾਲ ਸਾਹਿਬ ਦੀ। ਇਸ ਸੇਵਾ ਵਿੱਚ ਹਰ ਦੇਸ਼ ਤੋਂ ਹਰ ਇਲਾਕੇ ਤੋਂ ਸੰਗਤ ਆ ਰਹੀ ਹੈ। ਸਾਲ ਬਾਅਦ ਵਿਸਾਖੀ ਦਾ ਵੱਡਾ ਪੁਰਬ ਹੁੰਦਾ ਹੈ, ਕਿਉਂਕਿ ਵਿਸਾਖੀ ਦਾ ਤਿਉਹਾਰ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਨਾਲ ਚੱਲਿਆ ਸੀ ਧਰਮ ਵਿੱਚ। ਇਸ ਤੋਂ ਪਹਿਲਾਂ ਵਿਸਾਖੀ ਐਡੇ ਵੱਡੇ ਪੱਧਰ ਤੇ ਨਹੀਂ ਸੀ ਮਨਾਈ ਜਾਂਦੀ। ਭਾਈ ਪਾਰੋ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਜਦੋਂ ਵਿਸਾਖੀ ਆਰੰਭ ਹੋਈ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਿਸਾਖੀ ਤੇ ਆਉਂਦੀਆਂ ਨੇ ਤੇ ਬਾਉਲੀ ਸਾਹਿਬ ਦੀ ਸੇਵਾ ਤੇ ਕਈ ਸਾਲਾਂ ਤੋਂ ਚੱਲ ਰਹੀ ਹੈ। ਪਹਿਲਾਂ ਉਹਦੀ ਖੁਦਾਈ ਕੀਤੀ ਗਈ, ਫਿਰ ਉਹਨੂੰ ਪੱਕਿਆ ਕੀਤਾ ਗਿਆ, ਫਿਰ ਉਹਦਾ ਕਣ ਤੋੜਿਆ ਗਿਆ। ਕਹਿੰਦੇ ਇਸ ਸੇਵਾ ਵਿੱਚ ਕਿੰਨੇ ਜਗਿਆਸੂਆਂ ਨੇ ਆ ਕੇ ਗੁਰੂ ਘਰ ਦੇ ਭੰਡਾਰੇ ਲੁੱਟੇ, ਸੇਵਾ ਕਰ ਕਰਕੇ ਉਹਨਾਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ। ਜੋ ਪਏ ਤੀਰਥ ਪਰਮ ਰਚਿਓ ਬੜ ਪੁੰਨ, ਸੇਵਤ ਪਏ ਪੁਰਖ ਸੋ ਧੰਨ। ਇੱਥੇ ਗੋਇੰਦਵਾਲ ਸਾਹਿਬ ਦੀ ਇਸ ਬੌਲੀ ਸਾਹਿਬ ਨੂੰ ਤੀਰਥ ਦਾ ਦਰਜਾ ਗੁਰੂ ਪਾਤਸ਼ਾਹ ਨੇ ਬਖਸ਼ ਦਿੱਤਾ ਵੀ ਸਿੱਖੋ ਤੁਹਾਨੂੰ ਕਿਸੇ ਵੀ ਤੀਰਥ ਤੇ ਜਾਣ ਦੀ ਲੋੜ ਨਹੀਂ। ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਜੇ ਕੋਈ ਤੀਰਥ ਹੈ, ਵੇਖੋ ਸਨਾਤਨ ਮਤ ਵਿੱਚ 84 ਤੀਰਥ ਮੰਨੇ ਆ, ਜਿਨ੍ਹਾਂ ਚੋਂ 68 ਤੀਰਥ ਪ੍ਰਮੁੱਖ ਨੇ। ਹਿੰਦੂ ਵੀਰ ਜਾਂਦੇ ਆ ਇਸ਼ਨਾਨ ਕਰਨ ਵਾਸਤੇ, ਜ਼ਿੰਦਗੀ ਲੰਘ ਜਾਂਦੀ ਹੈ, ਬੜਾ ਔਖਾ ਤਾਂ। ਸਤਿਗੁਰੂ ਕਹਿੰਦੇ ਪਿਆਰੇ ਹੋ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਇਸ ਬੌਲੀ ਤੇ ਇਸ਼ਨਾਨ ਕਰਿਆ ਤੋਂ 84 ਤੀਰਥਾਂ ਦਾ ਫਲ ਪ੍ਰਾਪਤ ਹੋਣਾ ਏ। ਮਹਾ ਮਹਾਤਮ ਹੈ ਜਿਸ ਕੀਰ, ਜਿਸ ਮਜੇ ਫਲ ਲਹੇ ਕਨੇਰਾ। ਸਭ ਆਪ ਆਖ ਰਹੇ ਨੇ, ਕਹਿੰਦੇ ਇਸ ਤੀਰਥ ਦਾ ਮਹਾ ਮਹਾਤਮ ਹੈ। ਮਹਾਤਮ ਬਹੁਤ ਵੱਡਾ ਹੈ, ਪਰ ਉਹਦਾ ਇੱਕ ਤਰੀਕਾ ਹੈ। ਇਹ ਨਹੀਂ ਗਏ ਸਿੱਧਾ ਬਾਲੀ ਸਾਹਿਬ ਇਸ਼ਨਾਨ ਕੀਤਾ ਜੀ ਬਾਬਾ ਜੀ ਮੈਂ ਤੇ ਮੁਕਤ ਹੋ ਗਿਆ। ਗੁਰੂ ਸਾਹਿਬ ਨੇ ਕਸਵੱਟੀ ਰੱਖਤੀ, ਰਾਮਦਾਸ ਜੀਆਂ ਤੇ ਕਸਵੱਟੀਆਂ ਲੱਗੀਆਂ, ਭਾਈ ਰਾਮਾ ਜੀ ਤੇ ਲੱਗੀਆਂ, ਸੰਗਤ ਤੇ ਲੱਗੀਆਂ, ਮੁਕਤ ਹੋਣਾ ਸੌਖਾ ਹੈ। ਇੱਕ ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ ਪਤਾ ਨੀ ਕਿੰਨੇ ਜਨਮ ਲੱਗ ਜਾਂਦੇ, ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਿੱਖਾ ਤੈਨੂੰ ਜਨਮ ਲਾਉਣ ਦੀ ਲੋੜ ਨਹੀਂ, 12 ਤੋਂ 14 ਘੰਟੇ ਆ ਕੇ ਲਾ ਜਾ, ਸਦਾ ਲਈ ਮੁਕਤ ਹੋ ਜਾਏਗਾ। ਸਤਨਾਮ ਅੱਜ ਵੀ ਕਰ ਰਹੇ ਨੇ ਸਿੱਖ ਇਸ਼ਨਾਨ, ਜਿਹਨਾਂ ਨੂੰ ਸਮਝ ਹੈ, ਜਿਹਨਾਂ ਨੂੰ ਵਿਧੀ ਦਾ ਪਤਾ ਹੈ। ਮੇਰੇ ਵਰਗਾ ਜਾਂਦਾ ਹੈ, 4 ਫੋਟੋਆਂ ਇੱਧਰੋਂ ਖਿੱਚੀਆਂ, 4 ਉਧਰੋਂ ਖਿੱਚੀਆਂ, ਚੁੱਪੀ ਲਾਈ, ਕੇਨੀ ਚ ਭਰਿਆ ਜਲ, ਕਹਿੰਦੇ ਜੀ ਆਪਾਂ ਇਸ਼ਨਾਨ ਕਰੇ ਹੋਏ, ਆਪਾਂ ਤੋਂ ਅੱਗੇ ਮੁਕਤ ਹੋਣ, ਤੂੰ ਵੀ ਬਸ ਛੱਡ ਜਾ, ਤੂੰ ਵੀ ਜਾ। ਠੀਕ ਹੈ, ਜਾਣਾ ਚਾਹੀਦਾ, ਪਰ ਜੋ ਗੁਰੂ ਪਾਤਸ਼ਾਹ ਨੇ ਕਿਹਾ ਉਹ ਵੀ ਸਿੱਖ ਨੂੰ ਕਰਨਾ ਚਾਹੀਦਾ। ਜੀਵਨ ਚ ਕੋਸ਼ਿਸ਼ ਕਰੋ, ਜੇ ਅੱਜ ਨਹੀਂ ਕਰ ਸਕਦੇ ਫਿਰ ਬੁੱਢੇ ਹੋ ਕੇ ਕਿੱਥੋਂ ਕਰ ਲਾਂਗੇ। ਮਰਿਆਦਾ ਸਤਿਗੁਰਾਂ ਦੀ ਉਸ ਵੇਲੇ ਦੀ ਚਲਾਈ ਹੋਈ ਅੱਜ ਵੀ ਬਰਕਰਾਰ ਹੈ। ਸੁੰਦਰ ਸੀਤਲ ਨਿਰਮਲ ਖਰੋ ਅਤ ਗੰਭੀਰ ਨੀਰ ਜੇ ਭਰੋ। ਸਤਿਗੁਰੂ ਕਹਿੰਦੇ ਸਿੱਖੋ ਇਸ ਬੌਲੀ ਸਾਹਿਬ ਦਾ ਜਲ ਅਤ ਨਿਰਮਲ ਤੇ ਸਾਫ ਹੈ, ਗੰਗਾ ਦੇ ਨਾਲੋਂ ਵੀ ਕਿਤੇ ਉਜਲਾ ਜਲ ਹੈ। ਕੱਲੇ ਜਲ ਨਾਲ ਨੀ ਵਰਜ ਨੇ ਸਾਨੂੰ ਜੋੜਿਆ, ਕੱਲੇ ਪਾਣੀ ਨਾਲ ਨੀ ਜੋੜਿਆ, ਪਾਣੀ ਦੇ ਨਾਲ ਸਾਨੂੰ ਬਾਣੀ ਬਖਸ਼ੀ ਹੈ। ਅੱਜ ਵੀ ਗੁਰਸਿੱਖ ਜਾਂਦੇ ਆ, ਜਪਜੀ ਸਾਹਿਬ ਦਾ ਜਾਪ ਜ਼ਰੂਰੀ ਹੈ ਹਰ ਪੌੜੀ ਤੇ, ਫੇਰ ਚੁੱਭੀ, ਫੇਰ ਆ ਕੇ ਜਪਜੀ ਸਾਹਿਬ ਦਾ ਜਾਪ।
ਕਿ ਮਰਿਆਦਾ ਹੈ ਉਸ ਅਸਥਾਨ ਦੀ, ਜਿਹਨਾਂ ਸਿੱਖਾਂ ਨੂੰ, ਗੁਰਸਿੱਖਾਂ ਨੂੰ, ਪਿਆਰਿਆਂ ਨੂੰ, ਸਾਧੂ ਜਨਾਂ ਨੂੰ ਪਤਾ ਹੈ ਉਹ ਆਪਣੇ ਜੀਵਨ ਵਿੱਚ ਇੱਕ ਵਾਰੀ ਤੇ ਜ਼ਰੂਰ ਕਰਦੇ, ਕੋਈ ਵੱਡਾ ਕੰਮ ਨਹੀਂ ਹੈ। ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਸ਼ੁਰੂ ਕਰ ਲਓ, ਰਾਤ ਨੂੰ 7 ਵਜੇ ਸ਼ੁਰੂ ਕਰੋ, ਸਵੇਰੇ 11-12 ਵਜੇ ਸਮਾਪਤੀ ਹੋ ਜਾਂਦੀ ਹੈ, ਵੱਡੀ ਗੱਲ ਨਹੀਂ ਹੈ। ਹਾਂ, ਜਿਹਨਾਂ ਨੇ ਕਰਨਾ ਹੈ ਉਹਨਾਂ ਲਈ ਵੱਡੀ ਨਹੀਂ। ਤੇ ਜੇ ਕੋਈ ਵਿਚਾਰਾ ਮੇਰੇ ਵਰਗਾ ਹੈ, ਇੱਕ ਪੌੜੀ ਜਪਜੀ ਸਾਹਿਬ ਦੀ ਪੜ੍ਹੀ, ਕਹਿੰਦਾ ਯਾਰ ਖੜ ਜਾ ਫੋਨ ਆ ਗਿਆ, ਫਲਾਣਾ ਬਾਹਰ ਰਹਿ ਗਿਆ ਕਮਰੇ ਦੀ ਚਾਬੀ ਮੇਰੇ ਕੋਲ, ਫਿਰ ਤੇ ਕੀ ਹੋਣਾ ਹੈ। ਜਿਹਨਾਂ ਨੇ ਬੰਦਗੀ ਕਰਨੀ ਹੈ, ਨਾਮ ਜਪਣਾ, ਆਪਾ ਤਿਆਗਣਾ, ਗੁਰੂ ਅੱਗੇ ਅਰਦਾਸ ਕਰਕੇ ਕਰਦੇ ਨੇ, ਤੇ ਉਸ ਵੇਲੇ ਸਿੰਘ ਪੁੱਛਦੇ, ਕਹਿੰਦੇ ਮਹਾਰਾਜ ਜੇ ਆਉਣ ਵਾਲੇ ਸਮੇਂ ਵਿੱਚ ਮੁਕਤ ਹੋਣਾ ਹੋਵੇ, ਚਲੋ ਆਪ ਜੀ ਤੇ ਬੈਠੇ ਹੋ, ਅਸੀਂ ਤੁਹਾਡੇ ਕੋਲ ਆ ਕੇ ਮੁਕਤ ਹਾਂ। ਜਿਹੜੇ ਸਿੱਖ ਦੂਰੋਂ ਆਉਣਗੇ, ਜਿਹਨਾਂ ਨੂੰ ਕੁਝ ਸਮਝ ਨਹੀਂ, ਥਾਂ ਥਾਂ ਤੇ ਜਾ ਕੇ ਆਏ ਨੇ, ਕਿਉਂਕਿ ਗੁਰੂ ਕੋਲ ਤੇ ਮਨੁੱਖ ਫੇਰ ਆਉਂਦਾ, ਪਹਿਲਾਂ ਜਾ ਕੇ ਫਿਰ ਕੇ ਆਉਂਦਾ, ਦਰ ਦਰ ਤੇ ਭਟਕ ਕੇ ਆਉਂਦਾ ਬੰਦਾ, ਫਿਰ ਗੁਰੂ ਦੀ ਸ਼ਰਨ ਆ ਕੇ ਕਹਿੰਦਾ ਮਹਾਰਾਜ ਹੁਣ ਸਮਝ ਆਈ ਪਾਤਸ਼ਾਹ ਉਹਨਾਂ ਲਈ ਕੀ ਹੈ, ਕੀ ਮਰਿਆਦਾ ਹੈ, ਕਿਵੇਂ ਇਸ ਬੌੜੀ ਸਾਹਿਬ ਦੀ ਪਵਿੱਤਰਤਾ ਦੇ ਵਿੱਚੋਂ ਉਹ ਚੁੱਬੀ ਲਾਉਣਾ। ਦੱਖਣ ਦਿਸ਼ਮੇ ਝਰਨਾ ਬਹਿਓ, ਸੁਰਸਰ ਕੋ ਪਰਵਤ ਲਹਿਓ। ਸਤਿਗੁਰੂ ਕਹਿੰਦੇ ਸਿੱਖੋ, ਉਹ ਪਿਆਰਿਓ, ਇਸ ਬੌੜੀ ਸਾਹਿਬ ਦੇ ਵਿੱਚ ਦੱਖਣ ਦੀ ਦਿਸ਼ਾ ਤੋਂ ਝਰਨਾ ਵਹਿੰਦਾ ਹੈ, ਤੇ ਮਰਦ ਕਹਿੰਦੇ ਇਹ ਜਲ ਗੰਗਾ ਨਦੀ ਚੋਂ ਆ ਰਿਹਾ। ਸਤਨਾਮ ਬਚਨ ਨੇ ਗੁਰੂ ਸਾਹਿਬ ਦੇ ਵੀ ਗੰਗਾ ਦਾ ਜਲ ਹੈ ਇਹ, ਤੇ ਬੜੇ ਕਹਿੰਦੇ ਸੀ ਵੀ ਵਿਆਸਾਂ ਨੇੜੇ ਪੈਂਦਾ ਯਾਰ ਗੰਗਾ ਤੇ ਰਿਸ਼ੀ ਕੇਸ਼ ਕਰਦੀ ਹੈ, ਉਹ ਜਲ ਕਿਵੇਂ ਆ ਗਿਆ। ਆਉਣ ਵਾਲੇ ਦਿਨਾਂ ਚ ਇਹ ਵੀ ਮਰਦ ਸਿੱਧ ਕਰਕੇ ਵਿਖਾਉਣਗੇ ਵੀ ਗੰਗਾ ਤੀਰਥ ਦਾ ਜਲ ਗੋਇੰਦਵਾਲ ਸਾਹਿਬ ਕਿਵੇਂ ਨਿਕਲਦੇ ਹੈ। ਇਹ ਸ਼ਰਧਾ ਦੇ ਵਿਸ਼ੇ ਹੈ, ਭਾਵਨਾ ਦੀਆਂ ਗੱਲਾਂ ਨੇ, ਅਸੀਂ ਧਨਿਆ ਵੀ ਸਾਡੀ ਬਿਰਤੀ ਹੈ, ਸਾਡੀ ਬੁੱਧੀ ਹੈ ਤਰਕਵਾਦੀ, ਤਰਕ ਵੀ ਹੋਵੇ ਤੇ ਚੱਜ ਦਾ ਹੋਵੇ। ਉਸ ਵਕਤ ਸਤਿਗੁਰੂ ਕਹਿਣ ਲੱਗੇ ਦੱਖਣ ਦੀ ਦਿਸ਼ਾ ਦੇ ਵਿੱਚੋਂ ਝਰਨਾ ਵਗਦਾ ਰਹੇਗਾ। ਰਚੀ 84 ਜੇ ਸੋਪਾਨ, ਗਿਣ ਜਬ ਦੇਖੀ ਕਿਰਪਾ ਨਿਧਾਨ। ਸਭ ਕਹਿੰਦੇ ਭਾਈ ਪਾਰੋ, ਜਦ ਪੌੜੀਆਂ ਗਿਣ ਕੇ ਆਓਗੇ ਦੀਆਂ ਨੇ, ਗਿਣ ਕੇ ਨਹੀਂ ਸੀ ਬਣਾਈਆਂ ਮਿਸਤਰੀਆਂ ਨੇ ਪੌੜੀਆਂ, ਇਹ ਖੇਡ ਸੀ ਮਰਦ ਦੀ। ਕਹਿੰਦੇ ਪਾਤਸ਼ਾਹ ਹੇਠਾਂ ਤੋਂ ਲੈ ਕੇ ਉੱਪਰ ਤੱਕ ਗਿਣੇ ਹੈ ਕੁੱਲ 84। ਹੱਸ ਪਏ ਸਤਿਗੁਰੂ, ਕਹਿੰਦੇ ਬਸ 84? ਕਹਿੰਦੇ ਹਾਂਜੀ। ਮਰਦ ਕਹਿੰਦੇ ਭਾਈ ਜਿਹੜਾ ਇੱਥੇ ਫਿਰ ਚੁੱਭੀ ਲਾਊ ਭਾਵਨਾ ਦੇ ਨਾਲ, ਉਹਦੀ ਗਈ 84 ਆ। ਸਤਨਾਮ। 84 ਲੱਖ ਜੂਨ ਤੋਂ ਉਹ ਮਨੁੱਖ ਬਾਹਰ ਹੈ ਜਿਹੜਾ ਸ਼ਰਧਾ ਦੇ ਨਾਲ ਇੱਥੇ ਚੁੱਭੀਆਂ ਲਾ ਲਏ, ਇਸ਼ਨਾਨ ਕਰ ਲਏ। ਭਾਵਨਾ ਹੋਣੀ ਚਾਹੀਦੀ ਹੈ। ਉਹ ਪਿੱਛੇ ਸੁਣ ਕੇ ਆਏ ਨਾ, ਇੱਕ ਨੇਮ ਤੇ ਇੱਕ ਪ੍ਰੇਮ, ਪਹਿਲਾਂ ਨੇਮ ਕਰਕੇ ਨਾ ਪਹੁੰਚੀਏ ਵੀ ਬਸ ਫਟਾਫਟ ਕੰਮ ਨਿਬੇੜੀਏ ਜੀ। ਕੰਮ ਨਿਬੇੜਨ ਵਾਲਾ ਕੰਮ ਸਾਡੇ ਚ ਬੜਾ ਰਹਿ ਰਸ ਹੈ ਵੀ ਕੰਮ ਨਿਬੇੜਨ ਵਾਲਾ ਕੰਮ ਹੈ, ਨਿਤਨੇਮ ਵੀ ਨਿਬੇੜਨ ਵਾਲਾ ਹੀ ਕੰਮ ਆ ਸਾਡਾ। ਕੁਛ ਵੀ ਹੋਵੇ, ਅੱਜ ਸੰਗਰਾਂਦ ਦਾ ਗਲ ਪਿਆ ਢੋਲ ਵਿੱਚ, ਚਲੋ ਯਾਰ ਜਾਣਾ ਗੁਰਦੁਆਰੇ, ਆ ਗਿਆ ਉੱਥੋਂ ਚੁੱਲੋ ਚੜ੍ਹ ਪਿਆ। ਸ਼ਰਧਾ ਥੋੜੀ ਹੈ, ਪਿਆਰ ਥੋੜੀ ਹੈ, ਤਰਦਾ ਨਹੀਂ। ਸਤਿਗੁਰੂ ਕਹਿੰਦੇ ਸਿੱਖੋ, ਇਹ 84 ਦੀਆਂ 83 ਪੌੜੀਆਂ, ਇੱਕ ਇੱਕ ਪੌੜੀ ਇੱਕ ਇੱਕ ਲੱਖ ਜਨਮ ਕੱਢੇਗੀ। ਇੱਕ ਲੱਖ ਜਨਮ ਥੋੜਾ ਨਹੀਂ, ਗੁਰਬਾਣੀ ਨੇ ਲਿਖਿਆ ਨਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੰਜ ਮੀਰ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਰਦ ਕਹਿੰਦੇ ਲੱਖਾਂ ਹੀ ਜੂਨਾਂ ਨੇ, ਇੱਕ ਮੱਛੀ ਦੀ ਜੂਨ ਗਿਣ ਲਓ, ਇੱਕ ਮੱਛੀਆਂ ਲੱਖਾਂ ਤਰ੍ਹਾਂ ਦੀਆਂ ਨੇ। ਇਹ ਥੋੜਾ ਵੀ ਜੇ ਬੰਦਾ ਇੱਕ ਵਾਰ ਮੱਛੀ ਬਣ ਗਿਆ ਤੇ ਇੱਕੋ ਹੀ ਮੱਛੀ ਬਣਨਾ, ਕੀ ਪਤਾ ਕਿੰਨੇ ਪ੍ਰਕਾਰ ਦੀਆਂ ਮੱਛੀਆਂ ਕਿੰਨੀ ਵਾਰ ਬਣਨਾ। 84 ਲੱਖ ਜੂਨਾਂ ਕਿੰਨੀਆਂ ਪ੍ਰਕਾਰ ਦੀਆਂ ਨੇ। ਮਰਦ ਕਹਿੰਦੇ ਇੱਕ ਇੱਕ ਪੌੜੀ ਤੇ ਇੱਕ ਇੱਕ ਲੱਖ ਜੂਨ ਸਿੱਖਾਂ ਦੀ ਕੱਟ ਦਿਆਂਗੇ। ਮੁਖ ਤੇ ਬਾਕ ਕਹਿਓ ਤਿਸ ਕਾਲ,
ਜੋ ਸਿੱਖ ਦਰਸੈ ਪ੍ਰੇਮ ਵਿਸਾਲ। ਗੁਰੂ ਸਾਹਿਬ ਨੇ ਫਿਰ ਮਰਿਆਦਾ ਦੱਸੀ, ਕਹਿੰਦੇ ਕੱਟੀ ਉਹਨਾਂ ਦੀ ਜਾਏਗੀ ਜਿਹੜੇ ਸ਼ਰਧਾ ਤੇ ਪ੍ਰੇਮ ਨਾਲ ਕਰਮ ਦੇਸ਼ ਨਾਲ। ਸ਼ਰਧਾ ਜ਼ਰੂਰੀ ਹੈ, ਨਾਲ ਪ੍ਰੇਮ ਹੋਵੇ। ਹਰ ਤਰਾਸੀ ਕਰੇ ਸਨਾਨ, ਇਤਨੇ ਜਪਜੀ ਪਾਠ ਬਖਾਣ। ਅਗਲੀ ਮਰਿਆਦਾ ਕੀ ਹੈ? ਸਤਿਗੁਰੂ ਕਹਿੰਦੇ 84 ਪੌੜੀਆਂ ਨੇ ਤੇ 84 ਹੀ ਇਸ਼ਨਾਨ ਹੋਣੇ ਚਾਹੀਦੇ। ਇਹ ਨਹੀਂ ਭੱਜੇ ਗਏ ਪੌੜੀਆਂ ਗਿਣਦੇ, ਚੁੱਭੀ ਲਾਈ ਗੱਲਾਂ ਕਰਦੇ ਉੱਪਰ ਨੂੰ, ਹਾਏ ਗੋਡੇ ਦੁਖਦੇ, ਹਾਏ ਥੱਕਦੇ, ਆਹ ਗੱਲ ਨਹੀਂ। ਜਦੋਂ ਕੁਝ ਪਾਉਣਾ ਹੁੰਦਾ ਬੜਾ ਕੁਝ ਗਵਾਉਣਾ ਵੀ ਪੈਂਦਾ। ਸਤਿਗੁਰੂ ਕਹਿੰਦੇ ਸਿੱਖੋ 84 ਵਾਰ ਇਸ਼ਨਾਨ ਕਰਕੇ 84 ਪਾਠ ਗੁਰੂ ਕੇ ਸਿੱਖ ਨੇ ਜਪਜੀ ਸਾਹਿਬ ਦੇ ਕਰਨੇ ਨੇ। ਕਹਿੰਦੇ ਜਿਹਨੇ 84 ਵਾਰ ਜਪਜੀ ਪੜ੍ਹ ਲਈ ਤੇ 84 ਚੁੱਭੀਆਂ ਲਾ ਲਈਆਂ, ਮਰਨ ਕਹਿੰਦੇ ਜੀਵਨ ਵਿੱਚ ਕਦੇ ਉਹ ਜੰਮਦਾ ਮਰਦਾ ਹੀ ਨਹੀਂ। ਆਖੋ ਸਤਨਾਮ ਸਦੈਵ ਕਾਲ ਉਹ ਮੇਰਾ ਰੂਪ ਹੋਵੇਗਾ। ਸਤਿਗੁਰ ਮੂਰਤ ਕਰਕੇ ਧਿਆਨ, ਮਿਟੈ 84 ਆਵਨ ਜਾਨ। ਕਹਿੰਦੇ ਆਉਣਾ ਜਾਣਾ ਖਤਮ। ਜਦੋਂ ਗੁਰੂ ਦੀ ਮੂਰਤ ਦਾ ਧਿਆਨ ਧਰ ਕੇ ਸਿੱਖ ਆਖਰੀ ਵਾਰ ਜਪਜੀ ਸਾਹਿਬ ਪੜ੍ਹ ਕੇ ਚੁੱਭੀ ਲਾ ਕੇ ਅਰਦਾਸ ਕਰੂ, ਗੁਰੂ ਅਮਰਦਾਸ ਕਹਿੰਦੇ ਅਸੀਂ ਆਪ ਜੂਨਾ ਕੱਟਾਂਗੇ। ਆਖੋ ਸਤਨਾਮ ਸਦੈਵ ਕਾਲ ਜੀਵਨ ਮੁਕਤ ਕਰਾਂਗੇ। ਗੁਰੂ ਸਾਹਿਬ ਦੇ ਬਚਨ ਨੇ ਤੇ ਸਤਿਗੁਰਾਂ ਦੇ ਬਚਨ ਤੇ ਅੱਜ ਵੀ ਵਰਤਦੇ। ਰੀਠਾ ਸਾਹਿਬ ਜਾ ਕੇ ਵੇਖੋ, ਬੈਠੇ ਪੰਜਾ ਸਾਹਿਬ ਦੀ ਧਰਤੀ ਤੇ ਜਾ ਕੇ ਵੇਖੋ, ਅੱਜ ਵੀ ਜਲ ਦੇ ਝਰਨੇ ਚੱਲਦੇ ਆ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਬਚਨ ਕੀਤੇ ਆ, ਅੱਜ ਵੀ ਵਰਤਦੇ ਆ। ਨਾਨਕ ਝੀਰਾ ਸਾਹਿਬ ਜਾ ਕੇ ਵੇਖੋ, ਜਿੱਥੇ ਚਰਨ ਦੀ ਖੜਾਮ ਮਾਰੀ ਮਰਦੀ, ਉੱਥੋਂ ਜਲ ਦੇ ਝਰਨੇ ਅੱਜ ਵੀ ਚੱਲਦੇ ਆ। ਗੁਰੂ ਦੇ ਬਚਨ ਸਰਬ ਕਾਲ ਸਰਬ ਸਮੇਂ ਸਭ ਥਾਵਾਂ ਤੇ ਵਰਤਦੇ ਆ। ਝੂਲਣੇ ਮਹਿਲ ਦੀ ਧਰਤੀ ਤੇ ਅੱਜ ਵੀ ਜਾਏ ਉਹ ਕੰਧਾਂ ਝੂਲਦੀਆਂ, ਗੁਰੂ ਸਾਹਿਬ ਦੇ ਬਚਨ ਨੇ ਵਰਤ ਰਹੇ ਨੇ ਨਾ। ਲੋਕੀ ਕਹਿੰਦੇ ਇਹ ਨੀ ਹੁੰਦਾ, ਉਹ ਨੀ ਹੁੰਦਾ, ਮੈਂ ਕਹਿੰਦਾ ਜਾ ਕੇ ਵੇਖੋ, ਦੁਨੀਆਂ ਤੇ ਕਿਤੇ ਕੁਝ ਨੀ ਹੋਣਾ ਜੋ ਝੂਲਣੇ ਮਹਿਲ ਦੀ ਧਰਤੀ ਤੇ ਹੋ ਰਿਹਾ। ਕਿੰਨੀ ਵਾਰ ਤੁਸੀਂ ਦਰਸ਼ਨ ਕੀਤੇ ਜਦੋਂ ਵੀ ਆਪਾਂ ਯਾਤਰਾ ਤੇ ਗਏ, ਕਿੰਨੀ ਵਾਰ ਗਏ ਤੇ ਕਦੇ ਵੇਖੇ ਆ? ਮੈਨੂੰ ਤੇ ਜ਼ਿੰਦਗੀ ਦੇ 17-18 ਸਾਲ ਹੋ ਗਏ ਕਥਾ ਕਰਦੇ ਆ, ਬੜੀਆਂ ਥਾਵਾਂ ਤੇ ਗਏ, ਪਰ ਜੋ ਆਨੰਦ ਉੱਥੇ ਆ ਉਹ ਕਿਤੇ ਵੀ ਹੈ ਨਹੀਂ। ਜਿਹੜੀ ਖੇਡ ਸਤਿਗੁਰਾਂ ਦੀ ਪ੍ਰਤੱਖ ਉੱਥੇ ਵਰਤਦੀ ਉਹ ਕਿਤੇ ਵੀ ਨੀ ਵਰਤਦੀ। ਆਏ ਡਿਸਕਵਰੀ ਵਾਲੇ ਨੀਹਾਂ ਪੱਟ ਕੇ ਚਲੇ ਗਏ, ਕਹਿੰਦੇ ਸੁਪਰਿੰਗ ਲੱਗੀ ਹੋਈ ਬਿਲਡਿੰਗ ਨੂੰ ਕੰਮ ਨਹੀਂ ਮਿਲਿਆ। ਮੱਥਾ ਟੇਕ ਕੇ ਅਖੰਡ ਪਾਠ ਸਾਹਿਬ ਕਰਾ ਕੇ ਮਾਫ਼ੀ ਮੰਗ ਕੇ ਗਏ। ਇਹ ਗੁਰੂ ਕੇ ਬਚਨਾਂ ਦੀ ਕਰਾਮਾਤ ਤਾਂ ਸਦਾ ਹੀ ਵਰਤਦੀ ਹੈ। ਸਤਿਗੁਰੂ ਕਹਿੰਦੇ 84 ਇਸ਼ਨਾਨ 84 ਪੌੜੀਆਂ ਤੇ ਜਪਜੀ ਦੇ ਜਾਪ ਕਰਨ ਵਾਲਾ ਸਿੱਖ ਕਦੇ ਜੰਮਣ ਮਰਨ ਵਿੱਚ ਨਹੀਂ ਆਏਗਾ। ਹਮੇਸ਼ਾ ਦੇ ਲਈ ਜੂਨਾਂ ਕੱਟੀਆਂ ਜਾਣੀਆਂ ਨੇ। ਕਿਉਂ ਕਿਉਂ ਪਾਏ ਭਗਤ ਗੁਰ ਕੇਰੀ, ਮਿਟੈ ਜੋਨ ਤੇ ਭਰਮਨ ਕੋ ਫੇਰੀ। ਭਾਈਓ ਦਾ ਅਸੀਂ ਜੰਮਣਾ ਮਰਨਾ ਖਤਮ ਕਰਕੇ ਘੁੰਮਣ ਘੇਰੀਆਂ ਤੇ ਭਰਮਾਂ ਚੋਂ ਕੱਢ ਦਿਆਂਗੇ, ਉਹ ਸਿੱਖ ਮੇਰੇ ਰੂਪ ਦੇ ਵਿੱਚ ਸਮਾ ਜਾਣਗੇ। ਗੁਰੂ ਤੇ ਸਿੱਖ ਚ ਫਿਰ ਭੇਦ ਨਹੀਂ ਰਹਿਣਾ। ਅੱਜ ਵੀ ਬੇਅੰਤ ਗੁਰਸਿੱਖ ਐਸੇ ਨੇ ਜਿਨ੍ਹਾਂ ਨੇ ਇਹ ਲਾਹ ਖੱਟਿਆ। ਅੱਖੀ ਵੇਖਿਆ ਜ਼ਿੰਦਗੀ ਚ ਮਾਣ ਨਹੀਂ ਕਦੇ ਕਰਨਾ ਚਾਹੀਦਾ। ਚਲੋ ਉਮਰ ਬਚਪਨ ਦੀ ਸੀ ਜੀ, ਅੱਜ ਕੋਈ ਮੈਨੂੰ ਆਖੇ ਵੀ ਚੱਲੀ 84 ਕਰਨਾ, 5 ਮਿੰਟ ਬਾਅਦ ਸੁੱਤਾ ਪਿਆ ਫੋਨ ਵੇਖ ਲਿਆ, 2 ਮਿੰਟ ਬਾਅਦ ਵੀ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ, ਫੋਨ ਤਾਂ ਨਹੀਂ ਆਇਆ ਵੀ ਜੇ ਭਲੇ ਆਊਗਾ ਤੇ ਵੱਧ ਜੂਗਾ। ਸਾਡੇ ਕਿਤੇ ਸਹਿਣਸ਼ੀਲਤਾ ਕੋਈ ਨੀ, ਪਰ ਉਹ ਇੱਕ ਸਮਾਂ ਸੀ, ਉਮਰ ਭਾਵੇਂ ਛੋਟੀ ਸੀ। ਜਥੇ ਦੇ ਸਿੰਘਾਂ ਨੇ ਹਰ ਸਾਲ 84 ਵਾਰ ਇਸ਼ਨਾਨ ਕਰਨੇ, ਸ਼ਾਮੀ 7 ਵਜੇ ਵਾੜ ਦੇਣਾ, ਸਵੇਰੇ 11 ਵਜੇ ਤੱਕ ਕਹਿਣਾ ਵੀ ਪੂਰੇ ਕਰ ਲਓ ਆਪਣੀ ਚਾਹਣਾ ਸੀ ਕੀਤਾ, ਪਰ ਇੰਨੀ ਸਮਝ ਨਹੀਂ ਸੀ। ਚਲੋ ਫਿਰ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ, ਮਹਾਰਾਜ ਇਹ ਤੁਸੀਂ ਸੇਵਾ ਆਪ ਹੀ ਲੈ ਲਈ, ਅਸੀਂ ਕਿੱਥੇ ਕਰ ਸਕਦੇ ਸੀ। ਅੱਜ ਵੀ ਲੱਖ ਵਾਰ ਮਨ ਮਨਾਈਏ,
ਨਹੀਂ ਕਰ ਸਕਦੇ। ਕਰਦਾ ਕੋਈ ਭਗਤੀ ਵਾਲਾ, ਬੜੀਆਂ ਭੈਣਾਂ, ਬੱਚੀਆਂ, ਬਜ਼ੁਰਗ ਮਾਵਾਂ, ਬਜ਼ੁਰਗ ਵੀਰ ਅੱਜ ਵੀ ਗੋਇੰਦਵਾਲ ਸਾਹਿਬ ਜਾਂਦੇ ਆ, ਦੋ ਦੋ ਤਿੰਨ ਤਿੰਨ ਦਿਨ ਰੁਕ ਕੇ ਉੱਥੇ ਕੋਸ਼ਿਸ਼ ਕਰਦੇ ਆ, ਸਤਿਗੁਰੂ ਕਿਰਪਾ ਕਰੇ ਅਰਦਾਸ ਕਰਦੇ ਆ। ਆਪਾਂ ਕਹਿੰਦੇ ਨਾ ਵੀ ਆ ਤੁਰਿਆ ਨੀ ਜਾਂਦਾ, ਫਲਾਣਾ ਨੀ ਹੁੰਦਾ, ਮੈਂ ਕਹਿੰਦਾ ਅੱਜ ਵੀ ਜਾ ਕੇ ਅਰਦਾਸ ਕਰਕੇ ਬੜੋ ਤੇ ਸਹੀ ਹੋਣੀ ਸਾਹਿਬ ਚ। ਉਹ ਪਤਾ ਨੀ ਕਿਹੜੀ ਐਨਰਜੀ ਸਤਿਗੁਰਾਂ ਦੀ ਉਹ ਸਰੀਰ ਚ ਵਰਤਦੀ ਆ, ਉਹ ਸਤਨਾਮ ਪਤਾ ਹੀ ਨੀ ਲੱਗਦਾ, ਥੱਕਦਾ ਹੀ ਨੀ ਸਰੀਰ, ਅੱਕਦਾ ਹੀ ਨੀ ਕੁਛ। ਜਾਤੀ ਨੂੰ ਪੜ ਪੜ ਕੇ ਸਿੱਖ ਨਿਤ ਨਵਾਂ ਨਰੂਆ ਹੁੰਦਾ ਏ, ਤੇ ਨਾ ਉੱਥੇ ਠੰਡ ਲੱਗੇ ਨਾ ਲੱਗੇ ਗਰਮੀ। ਐਸਾ ਵਰਤਾਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੈ, ਕਦੇ ਜੀਵਨ ਵਿੱਚ ਕਦੇ ਕਿਸੇ ਨੂੰ ਸੁਭਾਗ ਮਿਲੇ, ਕਿਸੇ ਬੱਚੇ ਨੂੰ ਮਿਲੇ, ਨੌਜਵਾਨ ਨੂੰ ਮਿਲੇ, ਜਿੰਨਾ ਕਰ ਸਕਦੇ ਓਨਾ ਕਰੋ, ਜੇ ਨਹੀਂ ਕਰ ਸਕਦੇ ਦੋ ਚਾਰ ਪਾਠ ਤੇ ਕਰ ਹੀ ਸਕਦੇ ਆ। ਚਲੋ ਮੰਨ ਲਓ ਨਹੀਂ 84 ਹੁੰਦੇ, ਇੰਨਾ ਹੀ ਬੜਾ ਸ਼ਰਧਾ ਤੇ ਹੋਵੇ ਨਾ, ਭਾਵਨਾ ਤੇ ਹੋਵੇ, ਕੋਸ਼ਿਸ਼ ਕਰੋ। ਜੇ ਬਹੁਤੇ ਨਹੀਂ ਕਰ ਸਕਦੇ ਇਹ ਕੀ ਕਰ ਲੋ, ਇਹਦੇ ਕਰ ਹੀ ਸਕਦੇ ਆ। ਗੋਇੰਦਵਾਲ ਸਾਹਿਬ ਜਦੋਂ ਵੀ ਕਿਤੇ ਗੇੜਾ ਲੱਗੇ, ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਯਾਦ ਰੱਖਿਓ ਵੀ ਆਪਾਂ ਆਏ ਆ ਇੱਥੇ, ਚੁੱਭੀ ਲਾ ਕੇ ਇਸ਼ਨਾਨ ਕਰਕੇ, ਜਿਹੜੀ ਮਰਜ਼ੀ ਪੌੜੀ ਤੇ ਬਹਿ ਕੇ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ। ਪਾਤਸ਼ਾਹ ਜੀਵਨ ਦੇ ਹਰ ਸਾਲ ਭਾਵੇਂ ਇੱਕ ਪਾਠ ਦਾ ਹੀ ਮੌਕਾ ਬਖਸ਼ੀ, ਪਰ ਬਖਸ਼ਿਓ ਜ਼ਰੂਰ। ਪਰ ਮਨੋਰਥ ਧਰ ਕਰਨ ਹੋਵੇ, ਸ਼ਬਦਾ ਧਰੇ ਤੁਰਤ ਸੋ ਪਾਵੇ। ਹੁਣ ਤੀਰਥ ਦੀ ਸੰਪੰਨਤਾ ਤੇ ਸਤਿਗੁਰਾਂ ਦੇ ਬਚਨ ਨੇ, ਕਹਿੰਦੇ ਜਿਹੜਾ ਵੀ ਕੋਈ ਮਨੋਰਥ ਕਰਕੇ ਕੁਛ ਵੀ ਸੋਚ ਕੇ ਇੱਥੇ ਆਵੇ, ਮਰਦ ਕਹਿੰਦੇ ਤਿੰਨੇ ਲੋਕਾਂ ਦੀਆਂ ਇੱਛਾਵਾਂ ਅਸੀਂ ਇੱਥੇ ਪੂਰੀਆਂ ਕਰਾਂਗੇ, ਆਪ ਵਰਤਾਂਗੇ। ਤੇ ਬਚਨ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਬੰਦਗੀ ਵਾਲੇ ਸਿੱਖਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਸਤਿਗੁਰੂ ਅੱਜ ਵੀ ਵਰਤਦੇ ਆ, ਪੈਂਦੇ ਆ ਝਲਕਾਰੇ ਖੜਾ ਸਾਹਿਬ ਤੇ ਬੈਠੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੇ ਬੰਦਗੀ ਵਾਲੇ ਆ। ਚਲੋ ਸਾਡੇ ਵਰਗਿਆਂ ਨੂੰ ਤੇ ਕਈ ਵਾਰ ਨਾ ਸੰਗਤ ਵਿੱਚ ਜਾਂਦੇ ਥੱਲੇ ਬੈਠਾ ਰਦਾ ਵੀ ਦੱਸਦਾ ਬਚ ਜਾਈਦਾ ਵਿੱਚ, ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਮੈਂ ਉਹਨਾਂ ਦੀ ਗੱਲ ਕਰਦਾ। ਇਸੇ ਨੂੰ ਮਰਦ ਨੇ ਲਿਖਿਆ, ਭਗਤਾ ਤੇ ਸਹਿਸਾਰੀ ਆ ਜੋੜਤਾ ਦੇ ਨਾਂ ਆ। ਬੰਦਗੀ ਵਾਲੇ ਤੇ ਸਾਡੇ ਵਰਗੇ ਮਨਮੁੱਖਾਂ ਚ ਜ਼ਮੀਨ ਅਸਮਾਨ ਦਾ ਫਰਕ ਹੈ, ਜਿਨ੍ਹਾਂ ਦੀ ਭਗਤੀ ਹੈ ਮਰਦ ਨੇ ਉਹਨਾਂ ਨੂੰ ਕਿਹਾ ਵੀ ਆਓ ਮੇਰੇ ਕੋਲ, ਤੁਹਾਨੂੰ ਕਲਾਵੇ ਚ ਲਵਾਂਗੇ, ਤੁਹਾਨੂੰ ਆਪਣੇ ਬਣਾਵਾਂਗੇ। ਅਗਨ ਕੀ ਨਾ ਸੁਨਿਹਾਰੀ ਭਈ ਬਾਪ ਕਾ ਨਿਰਮਲ ਬਾਰੀ। ਕਹਿੰਦੇ ਭਾਈ ਜੇ ਕੋਈ ਸਿੱਖ ਇਸ ਜਲ ਵਿੱਚ ਚੁੱਪੀ ਲਾ ਕੇ, ਜਲ ਛੱਕ ਕੇ ਕੋਈ ਮਨੋ ਦੀ ਮਨ ਦੀ ਕਾਮਨਾ ਰੱਖੇ, ਕੋਈ ਭਾਵਨਾ ਰੱਖੇ, ਕੋਈ ਦੁਨੀਆਂ ਦਾ ਦੁੱਖ ਹੈ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਰੋਗ ਵੀ ਨਹੀਂ ਰਹਿਣਗੇ। ਸਤਨਾਮ ਇਹ ਵਰਤਾਰਾ ਸਤਿਗੁਰਾਂ ਦਾ ਸਰੀਰਕ ਤੌਰ ਤੇ ਵੀ ਰਿਹਾ, ਜਦੋਂ ਤੱਕ ਗੁਰੂ ਅਮਰਦਾਸ ਮਰਜ ਗੁਰ ਗੱਦੀ ਤੇ ਰਹੇ ਨੇ, ਮੌਤ ਨਹੀਂ ਆਈ ਗੋਇੰਦਵਾਲ ਸਾਹਿਬ ਜੀ, ਕਿਸੇ ਪੰਛੀ ਵੀ ਨਹੀਂ ਮਰਿਆ, ਤੇ ਰੋਗ ਤੇ ਕਿੱਥੋਂ ਆਉਣਾ ਸੀ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਰੋਆ। ਗੁਰੂ ਦੀ ਬਖਸ਼ਿਸ਼ ਜਦੋਂ ਹੋ ਜਾਂਦੀ ਹੈ, ਅੰਦਰ ਦੇ ਸੋਗ ਤੇ ਸਰੀਰ ਦੇ ਰੋਗ ਸਦਾ ਲਈ ਮਿਟ ਜਾਂਦੇ ਨੇ। ਗੁਰ ਸਿੱਖਿਆ ਨੇ ਹਰ ਖਾਵਨ ਵਾਰੀ, ਜਲ ਪੀਏ ਨਿਰਮਲ ਉਰਕਾਰੀ। ਗੁਰੂ ਸਿੱਖ ਕਹਿੰਦੇ ਮਹਾਰਾਜ ਜੇ ਕੋਈ ਬਜ਼ੁਰਗ ਹੋਵੇ ਉਹ ਕੁਝ ਕਰ ਹੀ ਨਾ ਸਕੇ, ਨਾ ਪਾਠ ਕਰ ਸਕੇ, ਨਾ ਪੌੜੀ ਚੜ ਸਕੇ, ਇਹ ਹੁਣ ਆਪਣੇ ਮਤਲਬ ਦੀ ਗੱਲ ਆ ਗਈ। ਕਹਿੰਦੇ ਕੀ ਕੀਤਾ ਜਾਏ, ਸਤਿਗੁਰੂ ਕਹਿੰਦੇ ਜਲ ਹੈ ਨਵੇਂ ਪੌੜੀ ਸਾਹਿਬ ਦਾ, ਜਲ ਛੱਕ ਕੇ ਇੱਕ ਪਾਠ ਜਪਜੀ ਸਾਹਿਬ ਦਾ ਕਰਨ ਲੱਗਦੇ, ਸਤਿਗੁਰੂ ਕਹਿੰਦੇ ਭਾਈ ਉਹਦੇ ਪਲਾਂ ਦੇ ਵਿੱਚ ਅੰਦਰ ਦੇ ਦੁੱਖ, ਅੰਦਰ ਦੇ ਰੋਗ, ਮਨ ਦੇ ਸੋਗ ਗੁਰੂ ਨਾਨਕ ਆਪ ਕੱਢਣਗੇ। ਆਖੋ ਸਤਨਾਮ। ਸ਼ਾਰਟਕਟ ਤਰੀਕਾ ਹੋਰ ਕੀ ਹੋ ਸਕਦਾ, ਆਪਾਂ ਤਾਂ ਸ਼ਾਰਟਕਟ ਹੀ ਲੱਭਦੇ ਹਾਂ, ਕਈਆਂ ਦੇ ਮਨ ਚ ਅਜੇ ਵੀ ਆਉਂਦਾ ਹੋਣਾ ਬੈਠਿਆਂ ਵੀ ਯਾਰ ਜੇ ਕਿਤੇ ਸੌਖਾ ਜਿਹਾ ਕੰਮ ਹੋ ਜਾਂਦਾ ਨਾ ਵੀ ਇੱਕ ਪਾਠ ਵਾਲੇ।
ਉਹ ਵਧੀਆ ਸੀ। ਚਲੋ ਮਰਦ ਨੇ ਵੀ ਕਿਰਪਾ ਕਰਦੀ ਕਹਿੰਦੇ ਭਾਈ ਕੋ ਜਲ ਛੱਡ ਦੇ ਚੁਗਲੀ ਲੈ ਕੇ ਸ਼ੁਕਰਾਨਾ ਕਰੇ ਨਾ ਗੁਰੂ ਨਾਨਕ ਦੇ ਘਰ ਦਾ। ਸਤਿਗੁਰੂ ਕਹਿੰਦੇ ਉਹ ਕਾਮਨਾ ਉਹ ਭਾਵਨਾ ਵੀ ਰਹਿੰਦੀ ਦੁਨੀਆਂ ਤੱਕ ਇੱਥੇ ਪੂਰੀ ਹੋਵੇਗੀ। ਸਨਾਨ ਦਾਨ ਜੋ ਦੇਵੇਂ ਗੁਰਬਾਣੀ ਪੜ੍ਹ ਕਰ ਸੁਖ ਲੇਵੇਂ। ਗੁਰਬਾਣੀ ਪੜ੍ਹ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਸਤਿਗੁਰੂ ਕਹਿੰਦੇ ਲੋੜਵੰਦਾਂ ਤੇ ਗਰੀਬਾਂ ਨੂੰ ਦਾਨ ਕਰਨਾ ਗੁਰਸਿੱਖਾਂ ਕਿ ਗੁਣ ਬਖਸ਼ੇਗਾ। ਦੇਖੋ ਇਸ਼ਨਾਨ ਤੇ ਆਪਾਂ ਸਾਰੀਆਂ ਥਾਵਾਂ ਤੇ ਕਰ ਲਈਏ, ਪਾਠ ਵੀ ਕਰ ਲਈਦਾ ਤੇ ਜੇ ਕੋਈ ਮੰਗਣਾ ਜੇ 10 ਰੁਪਏ ਉਹ ਕਹਿੰਦੇ ਉਹ ਹੱਟਾ ਕੱਟਾ ਪਿਆ ਕਮਾਲ ਆਪਣਾ ਮਰ ਕੀ ਕਰਦਾ ਬੰਦਾ, ਉਹ ਕਰਿਆ ਕਰਾਇਆ ਸਾਰਾ ਉੱਥੇ ਡੋਲ ਹੁੰਦੇ ਆ। ਸਤਿਨਾਮ ਜੇ ਤੂੰ ਬੰਦਗੀ ਕਰਕੇ ਆਇਆ ਗੁਰੂ ਘਰ ਆਇਆ ਕਿਸੇ ਨੂੰ ਚੰਗਾ ਨੀ ਕਹਿ ਸਕਦਾ, ਮਾੜੇ ਸ਼ਬਦ ਵੀ ਨਹੀਂ ਦੇ ਸਕਦੇ ਨਾ ਗੱਲ ਠੀਕ ਹੈ। ਤੁਹਾਡੇ ਕੋਈ ਮੰਗਣ ਆਉਂਦਾ ਹੈ ਤੁਹਾਡਾ ਨਹੀਂ ਜਿਗਰਾ ਦੇਣ ਦਾ ਤੇ ਤੁਹਾਨੂੰ ਇਹ ਵੀ ਕਿਸੇ ਨੇ ਨੀ ਕਿਹਾ ਵੀ ਤੁਸੀਂ ਉਹਨੂੰ ਮਾੜਾ ਸ਼ਬਦ ਕੋਈ ਬੁਰਾ ਬੋਲੋ। ਬੰਦਿਆ ਕਰੀ ਕਰਾਈ ਸਾਰੀ ਤੂੰ ਖੂਹ ਚ ਪਾ ਲੈਂਦਾ, ਭਰੀ ਹੋਈ ਝੋਲੀ ਤੂੰ ਧਰਮ ਦੇ ਥਾਂ ਤੇ ਆਇਆ ਖਿਲਾਰ ਲੈਂਦਾ, ਜਦ ਦਰ ਤੇ ਖੜੇ ਕਿਸੇ ਗਰੀਬ ਨੂੰ ਉਹਦੀ ਔਕਾਤ ਵਿਖਾਉਣ ਲੱਗ ਜਾਂਦਾ। ਇੰਨਾ ਕਰਿਆ ਸਤਿਗੁਰਾਂ ਨੇ ਉਸ ਵਕਤ ਬਚਨ ਕੀਤੇ ਤੇ ਬੜੇ ਸਿੱਖ ਇੱਥੇ ਇਕੱਠੇ ਹੋਏ ਤੇ ਇੱਕ ਸਿੱਖ ਦੇ ਮਨ ਚ ਆਇਆ ਵੀ ਮੈਂ ਵੀ ਕੋਈ ਸੇਵਾ ਕਰਾਂ ਵੀ ਗੁਰੂ ਸਾਹਿਬ ਨੇ ਤੇ ਏਡਾ ਵੱਡਾ ਤੀਰਥ ਲਾਤਾ, ਇਸ ਤੀਰਥ ਵਿੱਚ ਮੇਰੀ ਵੀ ਯਾਦ ਰਹੇ ਜੇ, ਮੇਰਾ ਵੀ ਖਿਆਲ ਰਹੇ ਜੇ, ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰਨ। ਉਹ ਪ੍ਰਸੰਗ ਕੱਲ ਦੇ ਦੀਵਾਨਾਂ ਚ ਆਰੰਭ ਹੋਣਗੇ। ਬਾਉਲੀ ਸਾਹਿਬ ਦੇ ਵਿੱਚ ਸਤਿਗੁਰਾਂ ਨੇ ਪੌੜੀਆਂ ਬਣਵਾ ਕੇ ਇੱਥੋਂ ਦੀ ਮਹਿਮਾ ਸਮੁੱਚੇ ਜਗਤ ਵਿੱਚ ਦੱਸੀ ਹੈ ਤੇ ਸਾਨੂੰ ਮਾਣ ਆਪਣੀ ਕੌਮ ਤੇ, ਆਪਣੇ ਧਰਮ ਤੇ, ਆਪਣੇ ਪੰਥ ਤੇ। ਸਾਨੂੰ ਦਰ ਦਰ ਤੇ ਭਟਕਣ ਦੀ ਲੋੜ ਨਹੀਂ, ਸਾਡੇ ਕੋਲ ਤੇ ਤੀਰਥ ਵੀ ਬਹੁਤ ਵੱਡੇ ਆ, ਅਸਥਾਨ ਵੀ ਬਹੁਤ ਵੱਡੇ ਆ। ਬਸ ਸਿੱਖਾਂ ਚ ਭਾਵਨਾ ਦੀ ਕਮੀ ਹੈ, ਬੰਦਗੀ ਦੀ ਕਮੀ ਹੈ, ਸ਼ਰਧਾ ਦੀ ਕਮੀ ਹੈ। ਗੁਰੂ ਕਿਰਪਾ ਕਰਨ ਕਿਤੇ ਉਹ ਵੀ ਜੀਵਨ ਵਿੱਚ ਆ ਜਾਏ ਤੇ ਜਿਉਂਦੇ ਮੁਕਤ ਹੋ ਜਾਣਗੇ। ਵਾਹਿਗੁਰੂ ਆਹੇ ਗੁਰੂ।